ਬਾਠ ਸਾਹਿਬ ਜੁੜ ਚੁੱਕੇ ਆ, ਕੀਮਤੀ ਟਾਈਮ ਆਪਣੇ ਨਾਲ ਉਹ ਕੱਢਦੇ ਆ ਤੇ ਗੱਲਬਾਤ ਕਰਦੇ ਆ। ਵਿਚਾਰਾਂ ਦੀ ਸਾਂਝ ਪਾਉਣ ਦੇ ਵਾਸਤੇ ਉਹਨਾਂ ਦੇ ਨਾਲ ਤਾਲਮੇਲ ਬਣਾਇਆ ਹੋਇਆ। ਔਰ ਉਹਨਾਂ ਤੋਂ ਪਹਿਲਾਂ ਮੈਂ ਧੰਨਵਾਦ ਕਰਦੇ ਹਾਂ ਬਾਈ ਜਸਵਿੰਦਰ ਸਿੰਘ ਮਿਸੀਸਿਪੀ ਵਾਲਿਆਂ ਦਾ, ਤੇ ਜਿਨ੍ਹਾਂ ਦਾ ਸਾਥ ਸਹਿਯੋਗ ਸਾਨੂੰ ਮਿਲਦਾ ਹੈ, ਤੇ ਨਾਲ ਹੀ ਅਸੀਂ ਤਹਿ ਦਿਲੋਂ ਧੰਨਵਾਦੀ ਹਾਂ ਜਸਵੰਤ ਸਿੰਘ ਸੋਤਾ ਸਾਹਿਬ ਦੇ, ਪਿੰਡ ਸਿੰਨਵਾਦੋਨਾ ਜ਼ਿਲ੍ਹਾ ਕਪੂਰਥਲਾ ਦੇ ਨਿਵਾਸੀਆਂ ਦੇ, ਜਿਹੜੇ ਇਸ ਪ੍ਰੋਗਰਾਮ ਦੇ ਸਪਾਂਸਰ ਨੇ। ਤੇ ਵਟਸਐਪ ਸਵਾਗਤ ਤੁਹਾਡਾ ਵੀ ਜੀ, ਸਤਿ ਸ੍ਰੀ ਅਕਾਲ। ਸ਼ੁਕਰੀਆ ਮਿਹਰਬਾਨੀ ਸੁਖਨੈਬ ਜੀ, ਰੇਡੀਓ ਚੈਨਲ ਪ੍ਰਦੇਸ਼ੀ ਦੇ ਸਰੋਤਿਆਂ ਨੂੰ ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਖਬਰਾਂ ਨੂੰ ਸਪਾਂਸਰ ਕੀਤਾ ਜਾ ਰਿਹਾ ਸਰਦਾਰ ਕਮਲਜੀਤ ਸਿੰਘ ਜੀ ਚੱਠਾ USA ਵਾਲਿਆਂ ਵੱਲੋਂ ਜੀ। ਤੇ ਵਟਸਐਪ ਕਰੀਏ ਜੀ ਖਬਰਸਾਰ ਦੀ ਗੱਲ, ਲੋਕਾਂ ਦੀ ਸਿਹਤ ਦੇ ਨਾਲ ਖਿਲਵਾੜ ਕਰਨ ਦਾ ਇੱਕ ਮਾਮਲਾ ਸਾਹਮਣੇ ਆ ਗਿਆ ਜੀ। ਹੋਰ ਸੁਖਨਾਥ ਜੀ, ਨਾ ਇਹ ਮਾਮਲਾ ਪਹਿਲਾ ਤੇ ਨਾ ਆਖਰੀ, ਇਹ ਤਾਂ ਚੱਲਦੀ ਦੌੜ ਦੇ ਵਿੱਚ ਇੱਕ ਬੰਦਾ ਆਪਾਂ ਜਿਹੜਾ ਖਿੱਚ ਕੇ ਇੱਕ ਪਾਸੇ ਲਿਆਂਦਾ। ਹੁਣ ਤਿੰਨ ਚੀਜ਼ਾਂ ਦੇ ਉੱਤੇ ਥੋੜਾ ਜਿਹਾ ਸਾਨੂੰ ਧਿਆਨ ਕੇਂਦਰਿਤ ਕਰਨਾ ਹੋਏਗਾ ਕਿ ਅਸੀਂ ਤਕਨੀਕ ਦੇ ਵਿੱਚ, ਸਾਇੰਸ ਦੇ ਵਿੱਚ, ਮੈਨੂਫੈਕਚਰਿੰਗ ਦੇ ਵਿੱਚ ਕਿੰਨੇ ਕੁ ਸਫਲ ਹੋਈਆਂ, ਕਿੰਨੇ ਕੁ ਨਹੀਂ, ਉਹ ਬਾਅਦ ਦੀਆਂ ਗੱਲਾਂ ਜੀ। ਪਰ ਜਿਹੜੀਆਂ ਚੀਜ਼ਾਂ ਪੁਰਾਣੇ ਸਮੇਂ ਤੋਂ ਸਾਡੇ ਕੋਲ ਸੀ, ਅਸੀਂ ਉਹਨਾਂ ਨੂੰ ਸਹੇਜ ਕੇ ਚੰਗੇ ਤਰੀਕੇ ਦੇ ਨਾਲ ਘੁੱਟ ਕੇ ਆਪਣੇ ਗਲ ਦੇ ਨਾਲ ਲਾ ਕੇ ਰੱਖਣ ਦੇ ਵਿੱਚ ਕਿੰਨੇ ਕੁ ਕਾਮਯਾਬ ਹੋਏ ਹਾਂ, ਇਹ ਚੀਜ਼ਾਂ ਦੇਖਣੀਆਂ ਬਹੁਤ ਜ਼ਰੂਰੀ ਨੇ। ਸਭ ਤੋਂ ਪਹਿਲਾਂ ਸਾਡੀ ਖੁਰਾਕ ਦੀਆਂ ਬਹੁਤ ਗੱਲਾਂ ਹੁੰਦੀਆਂ ਸੀ ਕਿ ਖੁਰਾਕ ਪੰਜਾਬੀਆਂ ਦੀ ਬੜੀ ਚੰਗੀ। ਫਿਰ ਉਹਦੇ ਤੋਂ ਬਾਅਦ ਸਾਡੀ ਮਿਹਨਤ ਦੀਆਂ, ਕਿਰਤ ਦੀਆਂ, ਹੱਥੀਂ ਕੰਮ ਕਰਨ ਦੀਆਂ ਵੀ ਚਰਚਾਵਾਂ ਸੀ। ਤੇ ਉਹਦੇ ਤੋਂ ਵੀ ਵੱਡੀ ਗੱਲ ਕਿ ਆਪਣਾ ਜਿਹੜਾ ਭਾਈਚਾਰਾ ਸੀ, ਭਾਈਚਾਰਕ ਏਕਤਾ ਸੀ। ਹਾਲਾਂਕਿ ਬਹੁਤ ਕੁਝ ਸੀ ਪੁਰਾਣੇ ਸਮੇਂ ਦੇ ਵਿੱਚ ਵੀ, ਜਿਹਦੇ ਕਰਕੇ ਲੱਗਦਾ ਸੀ ਕਿ ਭਾਈ ਏਕਤਾ ਦੇ ਵਿੱਚ ਵੀ ਕਈ ਕੁਝ ਏਦਾਂ ਦਾ ਹੋਈ ਜਾਂਦਾ ਕਿ ਅਸੀਂ ਜਾਤਾਂ ਬਰਾਦਰੀਆਂ ਦੇ ਵਿੱਚ ਉਦੋਂ ਵੀ ਵੰਡੇ ਹੋਏ ਸੀ। ਅੱਜ ਦੀ ਗੱਲ ਨਹੀਂ ਮੈਂ ਕਰਦਾ, ਆਪਾਂ ਨੂੰ ਅੱਜ ਦਾ ਤਾਂ ਸਾਰਿਆਂ ਨੂੰ ਪਤਾ ਕੀ ਹਾਲਾਤ ਨੇ। ਹੁਣ ਜਦੋਂ ਭਾਈਚਾਰਕ ਸਾਂਝ ਦੀ ਗੱਲ ਆਉਂਦੀ ਸੀ, ਅੱਜ ਅਸੀਂ ਕਿੰਨੀ ਕੁ ਸਾਂਭ ਕੇ ਰੱਖ ਸਕੇ ਹਾਂ, ਇਹਦੇ ਉੱਤੇ ਚਿੰਤਨ ਕਰਨਾ ਵੀ ਬਣਦਾ। ਪਰ ਉਦੋਂ ਤਾਂ ਇਹ ਵੀ ਹੁੰਦਾ ਸੀ ਜੇ ਗੁਆਂਢੀਆਂ ਦੇ ਕੋਈ ਪ੍ਰਾਹੁਣਾ ਆ ਗਿਆ ਤਾਂ ਫਿਰ ਉਹਨਾਂ ਦੀ ਬੀਬੀ ਇਹ ਨਹੀਂ ਸੀ ਪੁੱਛਦੀ ਕਿ ਚਿੰਤੀ ਤੁਹਾਡੇ ਕੋਲ ਖਾਣ ਨੂੰ ਕੁਝ ਹੈਗਾ ਕਿ ਨਹੀਂ ਹੈਗਾ, ਸਾਗ ਵਾਲੀ ਤੌੜੀ ਚੁੱਲ੍ਹੇ ਤੋਂ ਆਪ ਹੀ ਚੱਕ ਕੇ ਲੈ ਜਾਂਦੀ ਸੀ ਜੀ। ਤੇ ਜੇ ਚਿੰਤੀ ਨੂੰ ਪਹਿਲਾਂ ਪਤਾ ਲੱਗ ਜਾਣਾ ਕਿ ਉਹਨਾਂ ਦੇ ਪ੍ਰਾਹੁਣੇ ਆਏ ਆ ਤੇ ਉਹਨਾਂ ਨੇ ਦਾਲ ਭਰੀ ਨੀ, ਤਾਂ ਫਿਰ ਇਧਰਲੀ ਬੀਬੀ ਨੇ ਚੁੰਨੀ ਦੇ ਪੱਲੇ ਹੇਠਾਂ ਕਰਕੇ ਵੱਡਾ ਸਾਰਾ ਦਾਲ ਦਾ ਡਾਊਂਗਾ ਜਿਹੜਾ ਉਧਰਲੇ ਪਾਸੇ ਆਪ ਹੀ ਰੱਖਿਆ ਹੋਣਾ। ਇਹਦੇ ਤੋਂ ਇਲਾਵਾ ਕਿਸੇ ਦੇ ਘਰੇ ਸ਼ਤੀਰੀਆਂ ਬਾਲਣ ਵਾਲਾ ਕੋਠਾ ਪੈਣਾ, ਅੱਧੇ ਪਿੰਡ ਨੇ ਆ ਕੇ ਉੱਥੇ ਖੜ ਜਾਣਾ ਕਿ ਭਾਈ ਕੋਈ ਗੱਲ ਨੀ, ਬਾਲੇ ਚਾਰ ਮੈਂ ਫਰਾ ਦੇਣਾ, ਕਿਹੜੀ ਗੱਲ ਆ, ਗਾਰੇ ਦੀ ਕਹਾਣੀ ਦਾ ਕੀ ਆ, ਮੈਂ ਬੜੀ ਵਧੀਆ ਕਰਦਾ, ਕੋਈ ਗੱਲ ਨੀ, ਤੁਸੀਂ ਚੱਕੋ ਸਹੀ ਕੰਮ ਨੂੰ। ਰੇਤਾ ਲੈਣ ਜਾਣਾ ਚਾਹੇ ਰੜ ਲੈਣ ਜਾਣਾ, ਅੱਧਾ ਪਿੰਡ ਗੱਡੇ ਤੇ ਸਵਾਰ ਹੋ ਕੇ ਨਾਲ ਜਾਂਦਾ ਸੀ, ਆਦਤ ਵਾਲਾ ਜ਼ਮਾਨਾ ਸੀ। ਅੱਜ ਅਸੀਂ ਉਸ ਚੀਜ਼ ਨੂੰ ਆਪਣੇ ਅੰਗ ਸੰਗ ਰੱਖ ਸਕੇ ਹਾਂ ਕਿ ਨਹੀਂ ਰੱਖ ਸਕੇ, ਸੁਖਨੈਬ ਜੀ, ਕਿਤੇ ਨਾ ਕਿਤੇ ਚਿੰਤਨ ਕਰਨਾ ਬਣਦਾ ਹੀ ਹੈ। ਕਿਉਂਕਿ ਅੱਜ ਹਾਲਾਤ ਇਹ ਨਹੀਂ, ਹੁਣ ਤਾਂ ਗੁਆਂਢੀਆਂ ਦੇ ਘਰੇ ਜੇ ਕਿਤੇ ਇੱਟਾਂ ਦੀ ਟਰਾਲੀ ਆ ਜਾਵੇ ਤਾਂ ਸਾਡੇ ਮਨ ਦੇ ਵਿੱਚ ਕਈ ਤਰ੍ਹਾਂ ਭਾਵਨਾਵਾਂ ਆਉਂਦੀਆਂ, ਜ਼ਮੀਨ ਵੇਚ ਕੇ ਬਣਾਉਣ ਦਿੱਤਾ ਹੁਣ, ਕਰਜ਼ਾ ਲਿਆ ਹੁਣ, ਇੰਨੀ ਜੋਗਾ ਕਿੱਥੇ ਹੈ, ਇੱਥੇ ਦਾ ਕਿਸੇ ਨੇ ਪੁੱਛਣਾ। ਪਤਾ ਨੀ ਕੀ ਹਾਲਾਤ ਹੋ ਗਏ ਕਿ ਅਸੀਂ ਉਸ ਭਾਈਚਾਰਕ ਸਾਂਝ ਨੂੰ ਕਿਤੇ ਪਿੱਛੇ ਛੱਡੇ। ਦੂਸਰੇ ਨੰਬਰ ਦੇ ਉੱਤੇ ਜਿਹੜੀ ਗੱਲ ਆਉਂਦੀ ਹੈ ਉਹ ਆਉਂਦੀ ਹੈ ਸਾਡੀ ਮਿਹਨਤ ਦੀ। ਅੱਜ ਜੇ ਪੰਜਾਬੀ ਹੱਥੀਂ ਕੰਮ ਕਰਦੇ ਹੁੰਦੇ, ਬਾਬੇ ਨਾਨਕ ਦੀ ਕਿਰਤ ਦਾ ਪੱਲਾ ਅਸੀਂ ਨਾ ਛੱਡਿਆ ਹੁੰਦਾ ਤੇ ਇੰਨੇ ਗੋਡੇ ਥੋੜੀ ਦੁਖਣੇ ਸੀ, ਇੰਨੀਆਂ ਬਿਮਾਰੀਆਂ ਸਾਨੂੰ ਥੋੜੀ ਲੱਗਣੀਆਂ ਸੀ। ਹੁਣ ਪੌਣਾ ਕੁ ਪੰਜਾਬ ਦਾ ਟੇਢਾ ਟੇਢਾ ਹੋ ਕੇ ਤੁਰਦਾ, ਤੇ ਉਸ ਪੌਣੇ ਪੰਜਾਬ ਨੇ ਕੰਮ ਕਿੰਨਾ ਕੀਤਾ। ਅਸੀਂ ਖੇਤ ਨੂੰ ਜੇ ਰੋਟੀ ਦੇਣ ਜਾਣਾ, ਜਾਂ ਕੰਮ ਕਰਨ ਜਾਣਾ, ਜਾਂ ਨੱਕਾ ਮੋੜਨ ਜਾਣਾ, ਤੇ ਅਸੀਂ ਮੋਟਰਸਾਈਕਲ ਤੇ ਜਾਣਾ, ਤੇ ਘਰ ਅਸੀਂ ਉਹ ਸਾਈਕਲ ਰੱਖੇ ਹੋਏ ਆ ਜਿਹਨਾਂ ਦੇ ਉੱਤੇ ਚੜ੍ਹ ਕੇ ਅਸੀਂ ਕਲੋਰੀਆਂ ਘਟਾਉਂਦੇ ਰਹਿੰਦੇ ਹਾਂ ਕਿ ਭਾਈ ਇੰਨੀਆਂ ਬਰਨ ਹੋ ਗਈਆਂ। ਹੁਣ ਉਸ ਸਾਰੀ ਚੀਜ਼ ਨੂੰ ਵੀ ਕਿਤੇ ਨਾ ਕਿਤੇ ਸਾਨੂੰ ਅੰਗ ਸੰਗ ਰੱਖਣਾ ਪੈਣਾ। ਤੀਸਰੇ ਨੰਬਰ ਦੇ ਉੱਤੇ ਜਿਹਦੇ ਨਾਲ ਅੱਜ ਦੀ ਖਬਰ ਸੰਬੰਧਿਤ ਹੈ, ਉਹ ਸਾਡਾ ਖਾਣ ਪੀਣ, ਸਾਡੀ ਖੁਰਾਕ, ਸਾਡਾ ਭੋਜਨ। ਹੁਣ ਭੋਜਨ ਦੇ ਵਿੱਚ ਕਿਹਾ ਜਾਂਦਾ ਸੀ ਜੀ ਦੁੱਧ ਮੱਖਣਾ ਦੇ ਨਾਲ ਪਲੀ ਜਵਾਨੀ ਪੰਜਾਬ ਦੀ, ਹੁਣ ਉਹ ਦੁੱਧ ਮੱਖਣਾ ਦੇ ਨਾਲ ਕਿੰਨੀ ਕੁ ਜਵਾਨੀ ਪਲਦੀ। ਅੱਜ ਅਸੀਂ ਦੁੱਧ ਦਾ ਗਲਾਸ ਪੀਂਦੇ ਹਾਂ ਤਾਂ ਇਹ ਨੀ ਪਤਾ ਹੁੰਦਾ ਕਿ ਭਾਈ ਪੰਜ ਘੁੱਟਾਂ ਦੇ ਵਿੱਚੋਂ ਕਿੰਨੀਆਂ ਘੁੱਟਾਂ ਯੂਰੀਏ ਦੀਆਂ ਤੇ ਕਿੰਨੀਆਂ ਦੁੱਧ ਦੀਆਂ, ਸਾਡੀ ਕਣਕ ਵਿੱਚ ਕੀ ਆ, ਸਾਡੇ ਝੋਨੇ 'ਚ ਕੀ ਹੈ, ਚੌਲਾਂ ਦੇ ਚਮਚੇ ਦੇ ਨਾਲ ਸਾਡੇ ਅੰਦਰ ਕਿੰਨੀਆਂ ਕੁ ਖਾਦਾਂ ਤੇ ਕਿੰਨੀਆਂ ਕੁ ਕੀੜੇ ਮਾਰ ਦਵਾਈਆਂ ਜਾਂਦੀਆਂ, ਇਹ ਨੀ ਪਤਾ। ਹੁਣ ਕਣਕ ਦੀ ਰੋਟੀ ਦੀ ਬੁਰਕੀ ਦੇ ਨਾਲ ਅਸੀਂ ਕੀ ਕੁਝ ਅੰਦਰ ਸੁੱਟੀ ਜਾਂਦੇ ਹਾਂ, ਬਤਾਂਗਿਆਂ ਦੇ ਨਾਲ ਕੀ ਕੁਝ ਸਾਡੇ ਅੰਦਰ ਜਾਈ ਜਾਂਦਾ, ਸਾਨੂੰ ਕੁਝ ਨੀ ਪਤਾ। ਅਸੀਂ ਆਪਣੇ ਖੁਰਾਕ ਪਦਾਰਥ ਜਿਹੜੇ ਜ਼ਹਿਰੀਲੇ ਕਰ ਲਏ। ਹੁਣ ਕੋਈ ਸਮਾਂ ਹੁੰਦਾ ਸੀ ਖੂਹ ਦੀਆਂ ਟਿੰਡਾਂ ਤੋਂ ਲੋਕੀ ਪਾਣੀ ਪੀ ਜਾਂਦੇ ਸੀ, ਇੱਕ ਬੰਦੇ ਨੇ ਨਲਕਾ ਗੇੜਨਾ, ਦੂਸਰੇ ਬੰਦੇ ਨੇ ਦੋਨੇ ਬੁੱਕਾਂ ਦੇ ਨਾਲ ਡੀਕ ਲਾ ਕੇ ਫਿਰ ਪਾਣੀ ਪੀ ਜਾਣਾ। ਨਿਆਣੇ ਮਿੱਕੇ ਖੇਡਦੇ ਖੁੱਲਦੇ ਆਉਂਦੇ ਏਦਾਂ ਹੁੰਦੇ ਸੀ ਕਿ ਜਿੱਥੇ ਨਲਕਾ ਕਿਤੇ ਦਿਖਿਆ ਉਹ ਮੈਂ ਇੱਕ ਰੁਕਦੀ ਰੁਕਦੀ ਇੱਕ ਨੂੰ ਪਾਣੀ ਪੀ ਲਵਾਂ, ਇੱਕ ਨੇ ਗਿਰਨ ਲਾ ਪੈਣਾ, ਦੂਜੇ ਨੇ ਪਾਣੀ ਪੀ ਜਾਣਾ। ਅੱਜ ਕਿਹੜਾ ਬੰਦਾ ਪੰਜਾਬ ਦਾ ਜਿਹੜਾ ਇਸੇ ਤਰੀਕੇ ਨਲਕੇ ਤੋਂ ਹੈਂਡਲ ਮਾਰ ਕੇ ਪਾਣੀ ਪੀਣ ਦੀ ਜ਼ਰੂਰਤ ਕਰਦਾ, ਹਿੰਮਤ ਕਰਦਾ, ਹੌਸਲਾ ਕਰਦਾ ਕਿ ਅਸੀਂ ਇਸ ਪਲ ਦੀ ਮਾੜੀ ਨੂੰ ਪੀ ਲਈ,
ਜਿਹੜੀ ਉਹ ਇੱਛਾ ਰੱਖ ਸਕਦੇ ਆ ਕਿ ਅੱਜ ਕਿਤੇ ਖੂਹ ਦੀਆਂ ਟਿੰਡਾਂ ਚੱਲਦੀਆਂ ਹੁਣ ਤਾਂ ਮੈਂ ਇਹਦੇ ਵਿੱਚ ਪਾਣੀ ਪੀ ਲਾਂ ਜਾਂ ਖੂਹ ਦੇ ਵਿੱਚੋਂ ਬਾਲਟੀ ਭਰ ਕੇ ਕੱਢ ਕੇ ਪਾਣੀ ਪੀ ਲਾਂ, ਅੱਜ ਅਸੀਂ ਸਾਰਾ ਕੁਝ ਜ਼ਹਿਰੀਲਾ ਕਰ ਦਿੱਤਾ ਭਾਵੇਂ ਸਾਨੂੰ ਸਰਕਾਰਾਂ ਨੇ ਮਜ਼ਬੂਰ ਕੀਤਾ ਹੋਏ ਪਰ ਗਲਤੀਆਂ ਸਾਡੀਆਂ ਆਪਣੀਆਂ ਵੀ ਸੁੱਖ ਨਾਲ ਬਥੇਰੀਆਂ। ਤੇ ਉਹਦੀ ਹੁੰਦੀ ਕਸਰ ਉਹ ਕਿਹਨੇ ਪੂਰੀ ਕੀਤੀ ਉਹ ਅੱਜ ਗੁਰਦਾਸਪੁਰ ਤੋਂ ਪਤਾ ਲੱਗ ਗਈ। ਗੁਰਦਾਸਪੁਰ ਦਾ ਚਰਚਾ ਤਾਂ ਵੈਸੇ ਉਦੋਂ ਹੀ ਬਹੁਤ ਪਿਆ ਸੀ ਜਦੋਂ ਸੁੱਚਾ ਸਿੰਘ ਲੰਗਾਹ ਦੀ ਵੀਡੀਓ ਜਿਹੜੀ ਆ ਸੋਸ਼ਲ ਮੀਡੀਆ ਤੇ ਉੱਤੇ ਫੈਲ ਗਈ ਸੀ। ਗੁਰਦਾਸਪੁਰ ਦੀ ਬਾਈ ਇਲੈਕਸ਼ਨ ਚੱਲਦੀ ਸੀ, ਉਦੋਂ ਬੜਾ ਚਰਚਾ ਹੋਇਆ। ਅੱਜ ਬੰਦਾ ਜੇਲ੍ਹ ਦੇ ਵਿੱਚ ਬੈਠਾ, ਕੋਈ ਸਾਡਾ ਪੀ ਜੀ ਆਈ ਦੇ ਵਿੱਚ ਛੁੱਟੀ ਹੈ ਅੱਜ ਤੱਕ। ਪਰ ਹੁਣ ਉਸੇ ਗੁਰਦਾਸਪੁਰ ਦੇ ਵਿੱਚੋਂ ਇੱਕ ਘਰ ਦੇ ਵਿੱਚ ਚੱਲਦੀ ਇੱਕ ਫੈਕਟਰੀ ਬਰਾਮਦ ਹੋਈ ਹੈ। ਫੈਕਟਰੀ ਕਾਹਦੀ ਹੈ? ਨਕਲੀ ਪਨੀਰ ਬਣਾਉਣ ਦੀ। ਸੁੱਖ ਨਾਲ 6.5 ਕੁਇੰਟਲ ਪਨੀਰ ਜਿਹੜਾ ਹੈ ਉੱਥੋਂ ਬਰਾਮਦ ਹੋਇਆ, ਤੇ ਉੱਥੋਂ ਜਿਹੜਾ ਕੈਮੀਕਲ ਜਿਹੜੇ ਸਿੰਥੈਟਿਕ ਪਦਾਰਥ ਬਰਾਮਦ ਹੋਏ ਆ ਉਹਨਾਂ ਦੇ ਨਾਲ 1000 ਕੁਇੰਟਲ ਪਨੀਰ ਹੋਰ ਬਣਾਇਆ ਜਾ ਸਕਦਾ ਸੀ। ਇੰਨੀ ਵੱਡੀ ਗਿਣਤੀ ਦੇ ਵਿੱਚ ਉੱਥੇ ਜ਼ਖੀਰਾ ਜਮ੍ਹਾਂ ਸੀ, ਸਟਾਕ ਕੀਤਾ ਹੋਇਆ ਸੀ। ਹੁਣ ਗੁਰਦਾਸਪੁਰ ਦੀ ਪੁਲਿਸ ਨੇ ਜ਼ਿਲ੍ਹਾ ਸਿਹਤ ਅਫਸਰ ਦੀ ਅਗਵਾਈ ਦੇ ਵਿੱਚ ਗੁਰਦਾਸਪੁਰ ਸ਼ਹਿਰ ਦੇ ਸਿੰਗਲਪੁਰਾ ਰੋਡ ਤੇ ਕ੍ਰਿਸ਼ਨਾ ਮੰਦਿਰ ਦੇ ਕੋਲੇ ਇੱਕ ਘਰ ਦੇ ਵਿੱਚ ਜਾ ਕੇ ਛਾਪਾ ਮਾਰਿਆ। ਘਰ ਦੇ ਵਿੱਚ ਰਹਿੰਦਾ ਕੋਈ ਨਹੀਂ ਸੀ, ਉੱਥੇ ਪੂਰੀ ਦੀ ਪੂਰੀ ਫੈਕਟਰੀ ਬਣੀ ਸੀ। ਕੈਮੀਕਲ ਉੱਥੋਂ ਫੜਿਆ ਗਿਆ, ਸਿੰਥੈਟਿਕ ਪਾਊਡਰ ਉੱਥੋਂ ਫੜਿਆ ਗਿਆ, ਕਾਸਟਿਕ ਸੋਡਾ ਉੱਥੋਂ ਫੜਿਆ ਗਿਆ, ਵਾਸ਼ਿੰਗ ਪਾਊਡਰ ਉੱਥੋਂ ਫੜਿਆ ਗਿਆ, ਬਹੁਤ ਸਾਰੇ ਐਸਿਡ ਉੱਥੋਂ ਬਰਾਮਦ ਹੋਏ। ਤੇ ਉਹ ਜੇ ਸਾਰਾ ਕੁਝ ਨਾ ਫੜਿਆ ਜਾਂਦਾ ਤਾਂ ਫਰਵਰੀ ਮਾਰਚ 2 ਮਹੀਨਿਆਂ ਦੇ ਵਿੱਚ ਸੈਂਕੜੇ ਕੁਇੰਟਲ ਪਨੀਰ ਬਣਾ ਕੇ ਸਿਰਫ ਪੰਜਾਬ ਦੇ ਲੋਕਾਂ ਨੇ ਛੱਕ ਜਾਣਾ ਸੀ ਤੇ ਨਾਲੇ ਪੈਸੇ ਦੇਣੇ ਸੀ। ਹੁਣ ਹੋਇਆ ਕੀ, ਜਦੋਂ ਇੱਥੇ ਛਾਪਾ ਮਾਰਿਆ ਗਿਆ 3 ਬੰਦੇ ਫੜੇ ਗਏ, ਮਾਲਕ ਫਰਾਰ ਹੋ ਗਿਆ। ਤੇ ਜਿਹੜੇ 3 ਬੰਦੇ ਫੜੇ ਗਏ ਉਹਨਾਂ ਨੂੰ ਪੁੱਛਿਆ ਕਿ ਬਾਕੀ ਸਾਰਾ ਕੁਝ ਤਾਂ ਠੀਕ ਹੈ, ਪਰ 2.5 ਲੀਟਰ ਇੱਥੇ ਦੁੱਧ ਵੀ ਤੁਰਿਆ ਫਿਰਦਾ, ਇਹ ਕਦ ਨਹੀਂ? ਉਹ ਕਹਿੰਦੇ ਜੀ ਘਰ ਜਾਣ ਲਿਜਾਣ ਲਈ ਵੀ ਪਨੀਰ ਬਣਾਉਣਾ ਹੁੰਦਾ ਉਹ ਅਸਲੀ ਪ੍ਰਣਾਲੀ ਦਾ, ਹੁਣ ਬਾਕੀ ਸਾਰਾ ਪੰਜਾਬ ਤੁਹਾਡਾ ਘਰ ਨਹੀਂ। ਹੁਣ ਅਸੀਂ ਹੈਰਾਨੀ ਦੀ ਗੱਲ ਹੈ ਕਿ ਜਿਹੜੇ ਗੈਸਟ ਆਉਣੇ ਹੁਣ ਵਿਸ਼ੇਸ਼ ਤੌਰ ਤੇ ਵੀ ਪਨੀਰ ਦੀ ਸਬਜ਼ੀ ਬਣਾ ਲਓ, ਵੀ ਪਨੀਰ ਵਾਲੇ ਪਕੌੜੇ ਬਣਾ ਲਓ, ਮੈਂ ਬਾਜ਼ਾਰ ਦੇ ਵਿੱਚ ਹੁਣੇ ਫੜ ਕੇ ਲਿਆ ਤੇ ਉੱਥੇ ਜਾ ਕੇ ਤਾਂ ਲਾਵਾ ਜੀ ਸਰਦਾਰ ਮੋਹਨ ਸਿੰਘ ਜੀ ਵਧੀਆ ਜਿਹਾ ਪਨੀਰ ਦਿਓ, ਚਿੱਟਾ ਹੋ ਗਿਆ ਪਤਾ ਲੱਗ ਗਿਆ ਪਾਉਣੇ ਆਉਣੇ ਆ। ਅਗਲਾ ਕਹਿੰਦਾ 2 ਰੁਪਏ ਸਸਤਾ ਵੀ ਮਿਲਦਾ ਹੈਗਾ ਵੀ ਵਧੀਆ, ਅਸੀਂ ਝਕਲ ਹੱਥ ਚ ਪਵਾ ਕੇ ਘਰ ਨੂੰ ਆ ਜਾਂਦੇ ਹਾਂ। ਹੁਣ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਜਿਹੜੇ 3 ਬੰਦੇ ਕਾਬੂ ਆਏ ਕਿ ਭਾਈ ਕਿੱਥੇ ਕਿੱਥੇ ਸਪਲਾਈ ਹੁੰਦਾ, ਕਿੱਥੇ ਕੁ ਵੇਚੀ ਜਾਂਦੇ ਹੋ, 6.5 ਕੁਇੰਟਲ ਤਾਂ ਬਹੁਤ ਹੈ, ਉਹ ਕਹਿੰਦੇ ਏਦਾਂ ਨਾ ਨਾ ਸਮਝੋ ਕਿ ਇਕੱਲਾ ਗੁਰਦਾਸਪੁਰ ਚ ਸਪਲਾਈ ਹੁੰਦਾ। ਉਹ ਕਹਿੰਦੇ ਬਟਾਲਾ, ਹੁਸ਼ਿਆਰਪੁਰ, ਗੁਰਦਾਸਪੁਰ, ਦੀਨਾਨਗਰ, ਪਠਾਨਕੋਟ ਤੇ ਜਲੰਧਰ, ਮਕੇਰੀਆ, ਡੇਰਾ ਬਾਬਾ ਨਾਨਕ, ਇਹਨਾਂ ਸਾਰੇ ਥਾਵਾਂ ਦੇ ਉੱਤੇ ਜਿੰਨੇ ਢਾਬੇ ਨੇ ਉਹਨਾਂ ਦੇ ਵਿੱਚੋਂ ਬਹੁਤਿਆਂ ਦੇ ਉੱਤੇ ਸਪਲਾਈ ਕਰਨ ਦਾ ਯਤਨ ਹੈ। ਜਿਹੜੀਆਂ ਛੋਟੀਆਂ ਦੁਕਾਨਾਂ ਦੇ ਉੱਤੇ ਪਨੀਰ ਖਰੀਦਣ ਦੇ ਲਈ ਲੋਕ ਆਉਂਦੇ ਨੇ ਅਸੀਂ ਉੱਥੇ ਵੀ ਸਪਲਾਈ ਕਰਦੇ ਹਾਂ, ਤੇ ਮੋਟੀਆਂ ਰਕਮਾਂ ਸਾਨੂੰ ਬਚਦੀਆਂ ਤੇ ਮੋਟੀਆਂ ਅੱਗੇ ਪ੍ਰਚੂਨ ਦੇ ਵਿੱਚ ਵੇਚਣ ਵਾਲੇ ਨੂੰ ਬਚਦੀਆਂ। ਪਰ ਇੱਥੇ ਮਾਹੌਲ ਕੀ ਬਣਿਆ, ਦੇਖੋ ਫੈਕਟਰੀ ਕਾਬੂ ਆ ਗਈ, ਬਹੁਤ ਚੰਗਾ ਹੋਇਆ, ਪੁਲਿਸ ਨੇ ਪਰਚਾ ਦਰਜ ਕਰ ਲਿਆ, ਇਹ ਦੋ ਵੀ ਵਧੀਆ ਹੋਇਆ। ਪਰ ਜਦੋਂ ਪੱਤਰਕਾਰ ਭਾਈਚਾਰੇ ਨੇ ਇਹ ਪੁੱਛਿਆ ਕਿ ਇਹ ਹੁਣ ਪਨੀਰ ਆਪਾਂ ਉਨੀ ਦੇਰ ਤਾਂ ਰੱਖ ਨਹੀਂ ਸਕਦੇ ਜਿੰਨੀ ਦੇਰ ਕੇਸ ਦਾ ਫੈਸਲਾ ਨਹੀਂ ਆਉਂਦਾ, ਪਨੀਰ ਦਾ ਕੀ ਕਰੋਗੇ? ਜਿਹਨਾਂ ਸਿੱਖ ਅਧਿਕਾਰੀ ਕਹਿੰਦੇ ਪਨੀਰ ਤਾਂ ਨਸ਼ਟ ਕਰਨਾ ਪਊਗਾ, ਇੱਕ ਵਾਰੀ ਅਦਾਲਤ ਦੇ ਵਿੱਚ ਪੇਸ਼ ਕਰਾਂਗੇ ਤੇ ਨਸ਼ਟ ਕਰਨਾ ਪਊਗਾ। ਤੇ ਕਹਿੰਦੇ ਜਿਹੜੇ ਸੈਂਪਲ ਤੁਸੀਂ ਲੈ, ਕਹਿੰਦੇ ਅਸੀਂ ਲੈਬ ਦੇ ਵਿੱਚ ਭੇਜ ਦੇਣੇ ਅੱਜ, ਜਦੋਂ ਤੇ ਨਤੀਜਾ ਆ ਗਿਆ ਕਹਿੰਦੇ 5 ਮਹੀਨੇ ਤਾਂ ਲੱਗ ਹੀ ਜਾਣੇ ਆ ਨਾ ਘੱਟੋ ਘੱਟ। ਹੁਣ ਸੁਖਲੈਬ ਜੀ ਦੇਖੋ, ਅਸੀਂ ਇੱਕ ਫੈਕਟਰੀ ਫੜੀ ਹੈ, ਖੋਆ ਸਿੰਥੈਟਿਕ ਹੈਗਾ ਸਾਨੂੰ ਸਾਰਿਆਂ ਨੂੰ ਪਤਾ, ਪਨੀਰ ਸਿੰਥੈਟਿਕ ਹੈਗਾ ਸਾਨੂੰ ਸਾਰਿਆਂ ਨੂੰ ਪਤਾ, ਪਰ ਜਦੋਂ ਤੱਕ ਲੈਬੋਰਟਰੀ ਦੇ ਵਿੱਚੋਂ ਰਿਪੋਰਟ ਨਹੀਂ ਆਉਂਦੀ ਉਨੀ ਦੇਰ ਅਦਾਲਤ ਦੇ ਵਿੱਚ ਅਸੀਂ ਉਸ ਚੀਜ਼ ਨੂੰ ਸਾਬਿਤ ਨਹੀਂ ਕਰ ਸਕਦੇ, ਉਨੀ ਦੇਰ ਉਸ ਬੰਦੇ ਨੂੰ ਸਜ਼ਾ ਨਹੀਂ ਦਿੱਤੀ ਜਾ ਸਕਦੀ, ਭਾਵੇਂ ਸਾਨੂੰ ਪਤਾ ਹੈ ਪਰ ਕਾਗਜ਼ੀ ਪੱਤਰੀ ਇਹ ਗੇਮ ਤਾਂ ਕਰਨੀ ਪੈਣੀ ਹੈ। ਤੇ ਜੇ ਇੱਕ ਸਧਾਰਨ ਗ੍ਰਮ ਦੇ ਵਿੱਚ ਫੜੀ ਗਈ ਇੱਕ ਫੈਕਟਰੀ ਦੇ ਸੈਂਪਲ ਨੂੰ ਵਾਪਸ ਆਉਂਦਿਆਂ 5 ਮਹੀਨੇ ਦਾ ਸਮਾਂ ਲੱਗਦਾ, ਤਾਂ ਫਿਰ ਦਿਵਾਲੀ ਦੇ ਸਾਰੇ ਦੇ ਵੇਲੇ ਹਾਲਾਤ ਕੀ ਹੁੰਦੇ ਆ, ਜਦੋਂ ਸਾਡੇ ਤਿਉਹਾਰ ਹੁੰਦੇ ਆ ਨਵਾਂ ਸਾਲ, ਕ੍ਰਿਸਮਿਸ, ਵਿਸਾਖੀ, ਉਹਦੇ ਨੇੜੇ ਕਿੰਨਾ ਕੁਝ ਵਿਕਦਾ, ਉਦੋਂ ਤਾਂ ਛਾਪੇ ਵੀ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਮਾਰੇ ਜਾਂਦੇ ਆ, ਨਮੂਨੇ ਵੀ ਹਰ ਥਾਂ ਤੋਂ ਭਰੇ ਜਾਂਦੇ ਆ, ਨਮੂਨੇ ਭੇਜੇ ਵੀ ਜਾਂਦੇ ਆ, ਤਾਂ ਮਤਲਬ ਉਹ ਤਾਂ ਫਿਰ 2-2.5 ਸਾਲ ਉਹਨਾਂ ਨਮੂਨਿਆਂ ਦੇ ਨਤੀਜੇ ਨਹੀਂ ਆਉਂਦੇ ਹੋਣੇ, ਤੇ ਬਹੁਤ ਸਾਰੇ ਬੰਦੇ ਜਿਹੜੇ ਆ ਇਸੇ ਨਮੂਨਿਆਂ ਦੇ ਨਤੀਜੇ ਦੀ ਦੇਰੀ ਦੇ ਕਰਕੇ ਜਿਹਨਾਂ ਦੇ ਵਿੱਚੋਂ ਬਾਹਰ ਵੀ ਆ ਜਾਂਦੇ ਹੋਣੇ ਆ। ਹੁਣ ਕਿਤੇ ਨਾ ਕਿਤੇ ਸਾਡੀਆਂ ਸਰਕਾਰਾਂ ਇਸ ਗੱਲ ਦੇ ਵੱਲ ਧਿਆਨ ਦੇਣ ਕਿ ਜੇ ਸਾਡੇ ਕੋਲ ਲੈਬੋਰਟਰੀ ਨਹੀਂ ਬਣਦੀ, ਅਸੀਂ ਕਿਵੇਂ ਉਮੀਦ ਕਰਦੇ ਹਾਂ ਤੇ ਕਿਵੇਂ ਦਾਅਵੇ ਕਰਦੇ ਹਾਂ ਕਿ ਭਾਈ ਅਸੀਂ ਪੰਜਾਬ ਦੇ ਵਿੱਚੋਂ ਆ ਜੋ ਕੁਝ ਸਾਨੂੰ ਖਲੌਣ ਪਾਉਣ ਡਏ ਆ, ਨਕਲੀ ਬਣਾ ਕੇ, ਜਾਲੀ ਬਣਾ ਕੇ, ਸਿੰਥੈਟਿਕ ਬਣਾ ਕੇ ਪੰਜਾਬ ਦੇ ਲੋਕਾਂ ਦੀ ਸਿਹਤ ਬੜੀ ਖਰਾਬ ਹੋ ਜਾਂਦੀ ਆ, ਪਰ ਸਰਕਾਰਾਂ ਇਸ ਮੁੱਦੇ ਦੇ ਉੱਤੇ ਮੂੰਹ ਫੇਰ ਕੇ ਬੈਠੀਆਂ। ਇਹਦਾ ਮਤਲਬ ਕੀ ਨਿਕਲਦਾ? ਮਤਲਬ ਤਾਂ ਇਹੀ ਨਿਕਲਦਾ ਕਿ ਅਸੀਂ ਸਮਝੀਏ ਕਿ ਕਿਤੇ ਨਾ ਕਿਤੇ ਉੱਪਰ ਹੇਠਾਂ ਤੱਕ ਪੈਸੇ ਧੇਲੇ ਦਾ ਆਦਾਨ ਪ੍ਰਦਾਨ ਹੁੰਦਾ, ਜੇ ਨਾ ਪੈਸੇ ਧੇਲੇ ਦਾ ਆਦਾਨ ਪ੍ਰਦਾਨ ਹੁੰਦਾ ਉਹਦੀ ਸਰਕਾਰਾਂ ਮਿੰਟੋ ਮਿੰਟੀ ਸਖ਼ਤ ਹੋ ਜਾਣ। ਹੁਣ ਸੁਖਨੈਬ ਜੀ ਮੁੱਕਦੀ ਗੱਲ, ਜੇ ਅਸੀਂ ਇਸ ਮੁੱਦੇ ਦੇ ਉੱਤੇ ਆਪਣੀ ਪੱਧਰ ਤੇ ਕੰਮ ਸ਼ੁਰੂ ਨਾ ਕੀਤਾ,
ਸਰਕਾਰਾਂ ਨੇ ਇਸ ਮੁੱਦੇ ਦੇ ਉੱਤੇ ਸਖਤੀ ਨਾ ਕੀਤੀ ਤਾਂ ਭਾਈ ਕੱਲ ਨੂੰ ਫਿਰ ਗੁੱਸੇ ਨਾ ਕਰਿਓ ਜੇ ਪੰਜਾਬ ਦੇ ਗੱਭਰੂ ਜਿਹੜੇ ਨੱਕਾਂ ਮੋੜਨ ਜੋਗੇ ਨਾ ਰਹੇ, ਪੰਜਾਬ ਦੀਆਂ ਮੁਟਿਆਰਾਂ ਜੇ ਫਿਰ ਕਿਚੜੀ ਪਾਉਣ ਜੋਗੀਆਂ ਰਲੀਆਂ। ਸੁਖਨੈਬ ਜੀ, ਸਾਡੀ ਜ਼ਮੀਨ ਜਿਹੜੀ ਹੈ ਜ਼ਹਿਰੀਲੀ ਹੋ ਗਈ, ਪਾਣੀ ਸਾਡਾ ਨੀ ਚੰਗਾ, ਹੋਰ ਜਿਹੜੀਆਂ ਚੀਜ਼ਾਂ ਅਸੀਂ ਮਹਿੰਗੇ ਭਾਅ ਦੇ ਵਿੱਚੋਂ ਬਾਜ਼ਾਰ ਦੇ ਵਿੱਚੋਂ ਖਰੀਦ ਕੇ ਖਾਣੀਆਂ, ਜੇ ਉਹ ਸਿੰਥੈਟਿਕ ਹੋਣਗੀਆਂ ਅਸੀਂ ਜਾਵਾਂਗੇ ਕਿੱਧਰ ਨੂੰ? ਆਹ ਬਜ਼ੁਰਗ ਮਾਂ ਬਾਪੂ ਜਿਹੜੇ ਹੈ ਉਹ ਸੋਚਦੇ ਹੋਣਗੇ ਕਿ ਭਾਈ ਜਦੋਂ ਅਸੀਂ ਬੁੱਢੇ ਹੋ ਜਾਣਾ, ਮੁੰਡਾ ਜਿਹੜਾ ਜਾਂ ਕੁੜੀ ਜਿਹੜੀ ਹੈ ਬੁਢਾਪੇ ਦੀ ਡੰਗੋਰੀ ਬਣੂ, ਤੇ ਜੋ ਹਾਲਾਤ ਨੇ ਸਾਡੇ ਖਾਣ ਪੀਣ ਦੇ, ਮੈਨੂੰ ਲੱਗਦਾ ਡੰਗੋਰੀਆਂ ਉਹਨਾਂ ਨੂੰ ਬਰਾਬਰ ਹੀ ਫੜਨੀਆਂ ਪੈ ਜਾਣੀਆਂ। ਹੁਣ ਲਗਾਤਾਰ ਇੱਕ ਤੋਂ ਬਾਅਦ ਇੱਕ ਸ਼ਹਿਰਾਂ ਦੇ ਵਿੱਚੋਂ ਇਸ ਤਰ੍ਹਾਂ ਦੀਆਂ ਚੀਜ਼ਾਂ ਫੜੀਆਂ ਜਾਂਦੀਆਂ, ਪਰ ਇਹਦੇ ਬਾਵਜੂਦ ਵੀ ਜੇ ਦੁਬਾਰਾ ਉਦਾਂ ਦਾ ਹੀ ਕੰਮ ਪੰਜਾਬ ਦੇ ਵਿੱਚ ਹੋ ਰਿਹਾ ਤੇ ਇਹਦਾ ਮਤਲਬ ਹੈ ਕਿ ਸਖਤੀ ਨਹੀਂ ਹੁੰਦੀ, ਨਮੂਨੇ ਬਹੁਤ ਲਏ ਜਾਂਦੇ ਨੇ, ਰਿਪੋਰਟਾਂ ਬਹੁਤ ਘੱਟਦੀਆਂ ਆਉਂਦੀਆਂ, ਤੇ ਜਿਹੜੀਆਂ ਰਿਪੋਰਟਾਂ ਵੀ ਆਉਂਦੀਆਂ ਉਹਨਾਂ ਦੇ ਵਿੱਚੋਂ ਸਜਾਵਾਂ ਕਿਸੇ ਨੂੰ ਨਹੀਂ ਹੁੰਦੀਆਂ। ਇਹ ਸਾਰਾ ਮਸਲਾ ਦੱਸਦਾ ਕਿ ਕਿਤੇ ਨਾ ਕਿਤੇ ਰਲੀ ਵਲੀ ਭੁਗਤ ਦੇ ਨਾਲ ਪੰਜਾਬ ਦੇ ਲੋਕਾਂ ਦੀ ਸਿਹਤ ਦੇ ਨਾਲ ਬਹੁਤ ਵੱਡੀ ਪੱਧਰ ਦੇ ਉੱਤੇ ਖਿਲਵਾੜ ਕੀਤਾ ਜਾ ਰਿਹਾ ਜੀ। ਪਠਾਨਕੋਟ ਦੇ ਹੋਟਲ ਨੂੰ ਅਦਾਲਤ ਨੇ ਜੁਰਮਾਨਾ ਕਾਹਦੇ ਵਾਸਤੇ ਕਰਤਾ ਜੀ? ਸੁਖਨੈਬ ਜੀ, ਘਟਨਾ ਬੜੀ ਛੋਟੀ ਹੈ ਪਰ ਅਸਰ ਵੱਡਾ ਹੋ ਸਕਦਾ ਜੇ ਅਸੀਂ ਅਸਰ ਨੂੰ ਪਾਉਣ ਦਾ ਯਤਨ ਕਰੀਏ। ਹੁਣ ਘਟਨਾ ਛੋਟੀ ਕਿਉਂ ਆ? ਪੰਜਾਬ ਦੇ ਵਿੱਚ ਬਥੇਰੇ ਹੋਟਲ ਨੇ ਜਿਹਨਾਂ ਦੀ ਸਰਵਿਸ ਤੋਂ ਅਸੀਂ ਸੰਤੁਸ਼ਟ ਨਹੀਂ ਹੁੰਦੇ, ਜਿਹਨਾਂ ਦੀਆਂ ਸੇਵਾਵਾਂ ਤੋਂ ਸਾਡੀ ਬਿਲਕੁਲ ਸੰਤੁਸ਼ਟੀ ਨਹੀਂ ਹੁੰਦੀ। ਹੁਣ ਪੰਜਾਬ ਦੇ ਵਿੱਚ ਪਠਾਨਕੋਟ ਸ਼ਹਿਰ ਹੈ, ਉੱਥੋਂ ਦਾ ਇੱਕ ਹੋਟਲ ਰੈਸਟੋਰੈਂਟ ਨਾਮ ਹੰਕੀ ਡੋਰ ਰਿਸੋਰਟ। ਹੁਣ ਇੱਕ ਵਕੀਲ ਸਾਹਿਬ ਜਿਹੜੇ ਨੇ ਉਹ ਗੁਰਦਾਸਪੁਰ ਤੋਂ ਜਾਂਦੇ ਆ, ਉੱਥੇ ਘਰਵਾਲੀ ਦਾ ਜਨਮਦਿਨ ਸੀ, ਸੋਚਿਆ ਕਿ ਭਾਈ ਆਪਾਂ ਉੱਥੇ ਜਾ ਕੇ ਮਨਾਵਾਂਗੇ ਤੇ ਦੇਖਾਂਗੇ ਕਿ ਪਿਛਲਾ ਅੱਜ ਤੱਕ ਦਾ ਜਿਹੜਾ ਆਪਣਾ ਸਫ਼ਰ ਲੰਘਿਆ ਕਿਹੋ ਜਿਹਾ ਲੰਘਿਆ, ਤੇ ਆਉਣ ਵਾਲੇ ਸਮੇਂ ਦੇ ਵਿੱਚ ਕੁਝ ਪਲਾਨ ਵੀ ਕਰ ਲਾਂਗੇ ਤੇ ਫਿਰ ਆਪਾਂ ਜਨਮਦਿਨ ਚੰਗੇ ਤਰੀਕੇ ਮਨਾਉਣੇ ਆ। ਉੱਥੇ ਜਾ ਕੇ ਜਿਹੜਾ ਉਹਦਾ ਸਭ ਤੋਂ ਵਧੀਆ ਕਮਰਾ ਸੀ, ਮਹਿੰਗਾ ਵੀ ਸੀ ਕਾਫੀ, ਉਹ ਬੁੱਕ ਕਰ ਲਿਆ। ਹੁਣ ਜਦੋਂ ਬੁੱਕ ਕਰ ਲਿਆ ਤਾਂ ਵਕੀਲ ਸਾਹਿਬ ਕਹਿੰਦੇ ਅੰਦਰ ਗਏ ਤਾਂ ਅਜੀਬ ਕਿਸਮ ਦੀ ਜਿੱਦਾਂ ਬੜੀ ਬੇਹੀ ਬੇਹੀ ਸੀ ਮਹਿਕਾ ਵੀ, ਉੱਥੋਂ ਪਤਾ ਲੱਗਦਾ ਸੀ ਕਿ ਬਹੁਤਾ ਉਹਨਾਂ ਸਟੈਂਡਰਡ ਦਾ ਹੈ ਨੀ ਜਿਵੇਂ ਦਾ ਹੋਣਾ ਚਾਹੀਦਾ। ਕਹਿੰਦੇ ਚਲੋ ਅਸੀਂ ਕਿਹਾ ਫਿਰ ਵੀ ਕੋਈ ਗੱਲ ਨੀ। ਹੁਣ ਉਹਦੇ ਤੋਂ ਬਾਅਦ ਉਹ ਕਹਿੰਦੇ ਕਿ ਦੇਖਿਆ ਗਾਸਨ ਜਿੱਥੇ ਲੱਗਾ ਹੁੰਦਾ ਗਾਸਨ ਪੁੱਟਿਆ ਹੋਇਆ ਸੀ ਤੇ ਉੱਥੋਂ ਬੜੇ ਆਰਾਮ ਦੇ ਨਾਲ ਕੋਈ ਵੀ ਚੀਜ਼ ਜਿਹੜੀ ਅੰਦਰਲੇ ਪਾਸੇ ਨੂੰ ਕਮਰੇ ਨੂੰ ਆ ਸਕਦੀ ਸੀ। ਅਸੀਂ ਕਹਿੰਦੇ ਫਿਰ ਕਿਹਾ ਚਲੋ ਕੋਈ ਗੱਲ ਨੀ, ਚਾਹੀਦਾ ਤਾਂ ਅਸੀਂ ਉਹਨਾਂ ਨੂੰ ਕਿ ਬਿਲਕੁਲ ਅਪਡੇਟ ਕਰਕੇ ਰੱਖ ਲਏ, ਕਮਰਾ ਪਰ ਨਹੀਂ ਰੱਖਿਆ। ਹੁਣ ਉਹ ਕਹਿੰਦੇ ਸਵੇਰੇ ਉੱਠੇ ਆ, ਸੈਰ ਕਰਕੇ ਵਾਪਸ ਆਏ ਆ ਤੇ ਆਉਂਦਿਆਂ ਦੇ ਕਮਰੇ ਦੇ ਅੰਦਰ ਬਹੁਤ ਸਾਰੀਆਂ ਜਿਹੜੀਆਂ ਪਰਿੰਡਾਂ ਉਹ ਅਸੀਂ ਦੇਖੀਆਂ ਉਸ ਅਗਦਾਸਨ ਵਾਲੇ ਰਸਤੇ ਅੰਦਰ ਆ ਗਈਆਂ। ਉਸੇ ਵੇਲੇ ਕਹਿੰਦੇ ਇੱਕ ਪਰਿੰਡ ਵਕੀਲ ਸਾਹਿਬ ਦੀ ਧਰਮ ਪਤਨੀ ਦੇ ਪੈਰ ਤੇ ਲੜ ਗਈ। ਇਹਨਾਂ ਦੇ ਸੈਕਸ਼ਨ ਤੇ ਫੋਨ ਕੀਤਾ ਹੋਏਗਾ ਕਿ ਭਾਈ ਹੋਰ ਵੀ ਬਹੁਤ ਸਾਰੀਆਂ ਨੇ, ਅਸੀਂ ਅੱਜ 4-5 ਘੰਟੇ ਇੱਥੇ ਰੁਕਣਾ, ਇਹ ਨਾ ਹੋਵੇ ਕਿ ਕੋਈ ਹੋਰ ਪਾਸਾ ਖੜੀ ਹੋ ਜਾਏ। ਉਹ ਕਹਿੰਦੇ ਅੰਦਰ ਆਏ, ਇੱਕ ਪਰਿੰਡ ਉਹਨਾਂ ਨੇ ਮਾਰ ਦਿੱਤੀ ਬਾਕੀਆਂ ਨੂੰ, ਉਹਨਾਂ ਨੇ ਪੱਖੀਆਂ ਜਿਹੀਆਂ ਲੈ ਕੇ ਕਮਰੇ ਵਿੱਚੋਂ ਬਾਹਰ ਕਰਨਾ ਸ਼ੁਰੂ ਕਰਤਾ ਤੇ ਕਹਿੰਦੇ ਜਦੋਂ ਅਸੀਂ ਇਤਰਾਜ ਕੀਤਾ ਕਿ ਭਾਈ ਇੰਨੇ ਪੈਸੇ ਦੇਣ ਦਾ ਤੁਹਾਨੂੰ ਕੀ ਫਾਇਦਾ ਜੇ ਤੁਸੀਂ ਸੇਵਾ ਹੀ ਠੀਕ ਤਰੀਕੇ ਦੀ ਨਹੀਂ ਕਰਨੀ, ਤਾਂ ਅੱਗੇ ਪੈ ਗਏ ਰੈਸਟੋਰੈਂਟ ਵਾਲੇ ਕਿ ਭਾਈ ਤੁਸੀਂ ਸੈਰ ਕਰਕੇ ਆਏ ਆ, ਮੱਖੀਆਂ ਤੁਹਾਡੇ ਨਾਲ, ਕਹਿੰਦੇ ਬਾਹਰੋਂ ਆ ਗਈਆਂ, ਸਾਡੇ ਹੋਟਲ ਦੇ ਵਿੱਚ ਇੱਦਾਂ ਦੀਆਂ ਨਹੀਂ ਹੁੰਦੀਆਂ, ਸਾਡਾ ਤਾਂ ਮਾਰਕਾ ਹੀ ਹੋਇਆ। ਵਕੀਲ ਸਾਹਿਬ ਨੇ ਹੁਣ ਵਕੀਲ ਸਾਹਿਬ ਨੇ ਜਦੋਂ ਦੇਖਿਆ ਕਿ ਕੰਮ ਖਰਾਬ ਹੋਈ ਜਾਂਦਾ, ਅਪਸ਼ਬਦ ਬੋਲਣ ਲੱਗ ਪਿਆ, ਉਹ ਘਰੇ ਆ ਗਿਆ। ਆ ਕੇ ਉਹਨਾਂ ਨੇ ਕੰਜ਼ਿਊਮਰ ਕੋਰਟ ਦੇ ਵਿੱਚ 2 ਸਾਲ ਪਹਿਲਾਂ ਕੇਸ ਦਾਇਰ ਕਰ ਦਿੱਤਾ ਕਿ ਭਾਈ ਇਸ ਤਰੀਕੇ ਦੇ ਨਾਲ ਆਹ ਕੁਝ ਹੋਇਆ ਤੇ ਇਨਸਾਫ਼ ਦਿੱਤਾ ਜਾਵੇ। ਹੁਣ 2 ਸਾਲਾਂ ਦੇ ਬਾਅਦ ਉਸ ਹੋਟਲ ਨੂੰ 75,000 ਰੁਪਏ ਦਾ ਜੁਰਮਾਨਾ ਕੀਤਾ ਗਿਆ। 50,000 ਰੁਪਏ ਕਹਿੰਦੇ ਉਸ ਐਡਵੋਕੇਟ ਸਾਹਿਬ ਨੂੰ ਦਿਓ ਜਿਹਨਾਂ ਦਾ ਤੁਸੀਂ ਪਰਿਵਾਰ ਦਾ ਇੰਨਾ ਵਧੀਆ ਸਮਾਗਮ ਖਰਾਬ ਕੀਤਾ, ਤੇ 25,000 ਰੁਪਇਆ ਕੰਜ਼ਿਊਮਰ ਫੋਰਮ ਦੇ ਵਿੱਚ ਜਮ੍ਹਾਂ ਕਰਾਓ, ਕਿਉਂਕਿ ਤੁਸੀਂ ਐਸੀਆਂ ਗੱਲਾਂ ਇਸ ਕੇਸ ਦੇ ਵਿੱਚ ਕਹੀਆਂ ਜਿਹੜੀਆਂ ਤੁਹਾਨੂੰ ਕਹਿਣੀਆਂ ਨਹੀਂ ਸੀ ਚਾਹੀਦੀਆਂ। ਹੁਣ ਮਸਲਾ 75,000 ਰੁਪਏ ਦਾ ਨਹੀਂ, ਮਸਲਾ ਵਕੀਲ ਸਾਹਿਬ ਨੂੰ ਮਿਲੇ 50,000 ਰੁਪਏ ਦਾ ਵੀ ਨਹੀਂ, ਮਸਲਾ ਇਸ ਗੱਲ ਦਾ ਕਿ ਉਹ ਵਕੀਲ ਸਾਹਿਬ ਜਿਹੜੇ ਨੇ ਉਹਨਾਂ ਨੂੰ ਸੰਤੁਸ਼ਟੀ ਨਹੀਂ ਹੋਈ, ਉਹਨਾਂ ਦੇ ਨਾਲ ਗਲਤ ਵਿਵਹਾਰ ਹੋਇਆ, ਸੇਵਾ ਪੂਰੀ ਨਹੀਂ ਮਿਲੀ, ਅਗਲੇ ਕੇਸ ਕਰ ਦਿੱਤਾ। ਕੇਸ ਕਿਵੇਂ ਕੀਤਾ? ਕਿਉਂਕਿ ਉਹਦੇ ਕੋਲ ਬਕਾਇਦਾ ਸਲਿੱਪ ਸੀ ਕਿ ਮੈਂ ਇਸ ਦਿਨ ਹੋਟਲ ਦੇ ਵਿੱਚ ਗਿਆ, ਮੈਂ ਉਹਨਾਂ ਨੂੰ ਇੰਨੇ ਪੈਸੇ ਦਿੱਤੇ ਤੇ ਪੈਸਿਆਂ ਦੀ ਉਹਨਾਂ ਨੇ ਮੈਨੂੰ ਰਸੀਦ ਦਿੱਤੀ। ਉਸ ਰਸੀਦ ਦੇ ਆਧਾਰ ਦੇ ਉੱਤੇ ਕੇਸ ਲੱਗਾ ਤੇ ਕੇਸ ਦੇ ਵਿੱਚ ਉਹਨਾਂ ਦੀ ਜਿੱਤ ਹੋਈ ਤੇ ਉਸ ਹੋਟਲ ਨੂੰ 75,000 ਰੁਪਏ ਦਾ ਜੁਰਮਾਨਾ ਹੋ ਗਿਆ। ਅਸੀਂ ਕਰਦੇ ਕੀ ਆ? ਬਾਕੀ ਪੰਜਾਬ ਦੇ ਲੋਕਾਂ ਦੇ ਲਈ ਇਹਦੇ ਵਿੱਚੋਂ ਲੈਸਨ ਕੀ ਮਿਲਦਾ, ਸਿੱਖਿਆ ਕੀ ਮਿਲਦੀ ਹੈ? ਸੁਖਨੈਬ ਜੀ, ਪਿਛਲੇ ਦਿਨਾਂ ਦੇ ਵਿੱਚ ਚਿੱਟੀ ਮੱਖੀ ਦਾ ਬੜਾ ਰੌਲਾ ਪਿਆ ਤੇ ਪੰਜਾਬ ਚ ਚਿੱਟੀ ਮੱਖੀ ਆਈ, ਉਹਦੇ ਉੱਤੇ ਕਿਸਾਨਾਂ ਨੇ ਬਹੁਤ ਸਾਰੇ ਛਿੜਕਾਅ ਕੀਤੇ ਕੀਟਨਾਸ਼ਕ ਦਵਾਈਆਂ ਦੇ, ਤੇ ਜਦੋਂ ਛਿੜਕਾਅ ਕੀਤੇ ਚਿੱਟੀ ਮੱਖੀ ਨੂੰ ਕੱਖ ਵੀ ਨਾ ਹੋਇਆ, ਤੇ ਜਦੋਂ ਰੌਲਾ ਰੱਪਾ ਬਹੁਤ ਪੈ ਗਿਆ, ਉਹਦੇ ਤੋਂ ਬਾਅਦ ਸਿਹਤ ਵਿਭਾਗ ਦੀਆਂ ਟੀਮਾਂ ਆਈਆਂ, ਖੇਤੀ ਵਿਭਾਗ ਦੀਆਂ ਟੀਮਾਂ ਆਈਆਂ, ਉਹਨਾਂ ਨੇ ਆਣ ਕੇ ਜਦੋਂ ਵੇਖਿਆ ਕਹਿੰਦੇ ਅੱਛਾ ਦਵਾਈ ਛਿੜਕੀ, ਕਹਿੰਦੇ ਇੱਕ ਨੇ 7 ਵਾਰੀ ਛਿੜਕੀ, ਕਿਸਾਨਾਂ ਨੇ ਪੁੱਛਿਆ ਕਿਹੜੀ ਛਿੜਕੀ, ਉੱਥੇ ਕਹਿੰਦੇ ਆਹ ਦੇਖੋ ਜੀ ਆਹ ਡੱਬਾ ਜਿਹਾ ਪਿਆ ਜੀ ਉਹਦਾ ਆਹ ਛਿੜਕੀ, ਇਹਦੇ ਤੋਂ ਲਈ
ਫਲਾਨੇ ਦੁਕਾਨਦਾਰ ਤੋਂ ਲਈ। ਪਤਾ ਇਹ ਲੱਗਦਾ ਸੀ ਕਿ ਅਸਲ ਦੇ ਵਿੱਚ ਉਹ ਜਿਹੜੀ ਦਵਾਈ ਹੈ ਨਕਲੀ ਹੈ, ਉਹ ਜਿਹੜੀ ਦਵਾਈ ਹੈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਰਿਕਮੈਂਡ ਕੀਤੀ ਨੀ ਹੋਈ, ਇਹਦੇ ਬਾਵਜੂਦ ਵੀ ਦਵਾਈ ਵਿਕੀ ਕਿਵੇਂ ਜਾਂਦੀ ਹੈ ਜਦ ਉਹਦੇ ਵਿਕਣ ਦਾ ਲਾਇਸੈਂਸ ਨਹੀਂ। ਪਰ ਬਹੁਤੇ ਦੁਕਾਨਦਾਰਾਂ ਤੇ ਕੇਸ ਨਹੀਂ ਸੀ ਹੋ ਸਕੇ, ਬਹੁਤੇ ਕਿਸਾਨ ਉਸ ਆਪਣੇ ਨਾਲ ਕੋਈ ਧੱਕੇ ਦਾ ਜਿਹੜਾ ਇਨਸਾਫ ਨਹੀਂ ਲੈ ਸਕੇ, ਕਿਉਂ ਨਹੀਂ ਲੈ ਸਕੇ। ਅਸੀਂ ਚਾਹੁੰਦੇ ਹਾਂ ਫਲਾਨੀ ਦਵਾਈ ਕਿੰਨੇ ਦੀ, ਅਗਲਾ ਕਹਿੰਦਾ ਜੇ ਬਿੱਲ ਲੈਣਾ ਤਾਂ 525 ਦੀ, ਉਹਦਾ 510 ਦੀ। ਅਸੀਂ 15 ਰੁਪਈਏ ਟੈਕਸ ਨਾ ਦੇਣ ਦੇ ਲਾਲਚ ਵਿੱਚ ਰਸੀਦਾਂ ਨਹੀਂ ਲੈਂਦੇ, ਤੇ ਜੇ ਰਸੀਦ ਨਹੀਂ ਹੁੰਦੀ ਤਾਂ ਜਿਹੜੇ ਜਿਹੜੇ ਬੰਦੇ ਨੇ ਵੀ ਧੋਖਾ ਧੱਕਾ ਜਿਹੜਾ ਕਾਟਨ ਬੈਲਟ ਦੇ ਵਿੱਚ ਪੰਜਾਬ ਦੇ ਕਿਸਾਨਾਂ ਦੇ ਨਾਲ ਕੀਤਾ ਸੀ, ਉਹਨਾਂ ਲੋਕਾਂ ਦੇ ਖਿਲਾਫ ਕੇਸ ਵੀ ਹੋ ਸਕਦੇ ਸੀ, ਉਹਨਾਂ ਨੂੰ ਤਕੜੇ ਜੁਰਮਾਨੇ ਵੀ ਹੋ ਸਕਦੇ ਸੀ, ਤੇ ਕਿਸਾਨਾਂ ਦੀ ਹਾਲਤ ਜਿਹਨਾਂ ਦੇ ਕਰਕੇ ਇੰਨੀ ਮਾੜੀ ਹੋਈ ਆ ਉਹਨਾਂ ਨੂੰ ਸਜਾਵਾਂ ਮਿਲਦੀਆਂ ਭਵਿੱਖ ਦੇ ਵਿੱਚ ਇੱਦਾਂ ਦਾ ਕੋਈ ਕੰਮ ਕਰਨ ਦਾ ਜਾਂ ਨਾ ਕਰਦੇ। ਪਰ ਸਾਡੀਆਂ ਇਹ ਆਦਤਾਂ ਨੇ, ਅਸੀਂ ਨਾ ਤਾਂ ਕੋਈ ਚੀਜ਼ ਸਾਂਭ ਕੇ ਰੱਖਣੀ ਹੈ, ਨਾ ਇਨਸਾਫ ਲੈਣ ਦੇ ਲਈ ਉਹਦੀ ਚੰਗੇ ਤਰੀਕੇ ਵਰਤੋਂ ਕਰਨੀ ਹੈ। ਹਮੇਸ਼ਾ ਹੀ ਇਹ ਕੋਸ਼ਿਸ਼ ਹੁੰਦੀ ਹੈ ਕੋਈ ਘਰ ਬਣਾਉਣ ਲੱਗ ਪਵੇ ਤੇ ਨਿਕਲ ਰੇਤਾ ਦੀ ਰਾਤ ਨੂੰ ਲੱਗ ਸਰੀਆ, ਮੈਂ ਤਾਂ ਲੈਣਾ ਪਰ ਟੈਕਸ ਨਹੀਂ ਦੇਣਾ, ਇਸ ਕਰਕੇ ਸਾਨੂੰ ਬਿੱਲ ਵੀ ਨਹੀਂ ਚਾਹੀਦਾ। ਤੂੰ ਤਾਂ ਬੰਦਾ ਪਹੁੰਚ ਵੀ ਕਰਦਾ ਸਾਡੇ ਆ ਸਾਰਾ ਸਮਾਨ ਤੇ ਪੈਸੇ ਉੱਥੋਂ ਫੜ ਲਏ। ਹੁਣ ਜਦੋਂ ਤੱਕ ਸਾਡੇ ਅੰਦਰੋਂ ਇੱਦਾਂ ਦੀਆਂ ਆਦਤਾਂ ਨਹੀਂ ਨਿਕਲਦੀਆਂ, ਉਨੀ ਦੇਰ ਧੱਕਾ ਵੀ ਹੋਈ ਜਾਣਾ, ਉਨੀ ਦੇਰ ਇਸ ਤਰੀਕੇ ਦੀਆਂ ਚੋਰ ਬਜ਼ਾਰੀਆਂ ਵੀ ਚੱਲੀ ਜਾਣੀਆਂ, ਉਨੀ ਦੇਰ ਸੰਤੁਸ਼ਟੀਜਨਕ ਸੇਵਾਵਾਂ ਸਾਨੂੰ ਕਿਸੇ ਪਾਸੇ ਨਹੀਂ ਮਿਲਣੀਆਂ। ਸੋ ਦੇਖਦੇ ਹਾਂ ਕਿ ਗੁਰਦਾਸਪੁਰ ਦੇ ਵਕੀਲ ਵੱਲੋਂ ਪਠਾਨਕੋਟ ਦੇ ਹੋਟਲ ਦੇ ਖਿਲਾਫ ਕੀਤਾ ਗਿਆ ਕੰਜ਼ੂਮਰ ਕੋਰਟ ਵਿੱਚ ਜਿਹੜਾ ਕੇਸ ਹੈ, ਕਿੰਨੇ ਕੁ ਪੰਜਾਬ ਦੇ ਲੋਕਾਂ ਨੂੰ ਇਧਰਲੇ ਪਾਸੇ ਤੁਰਨ ਦੀ ਹਿੰਮਤ ਤੇ ਹੌਸਲਾ ਦਿੰਦਾ ਹੈ ਜੀ। ਤੇ ਨਾਲ ਹੀ ਗੱਲ ਕਰੀਏ ਜੀ ਕਿਸਾਨਾਂ ਦੇ ਧਰਨੇ ਤੇ ਸਰਕਾਰ ਦੇ ਵਾਸਤੇ ਮੁਸੀਬਤ। ਸੁਖਨਾ ਜੀ, ਬੜਾ ਮਹੱਤਵਪੂਰਨ ਜਿਹਾ ਮਸਲਾ ਹੋ ਗਿਆ, ਕਿਉਂਕਿ ਇੱਕ ਪਾਸੇ ਤਾਂ ਜਦੋਂ ਗੰਨੇ ਦੇ ਮੁੱਲ ਦੀ ਗੱਲ ਸੀ ਕਿ ਭਾਈ ਗੰਨਾ ਜਿਹੜਾ ਘੱਟੋ ਘੱਟ 3 ਰੁਪਈਏ ਨੂੰ ਕੁਇੰਟਲ ਕਿਸਾਨਾਂ ਤੋਂ ਖਰੀਦਣਾ ਚਾਹੀਦਾ ਮਿੱਲਾਂ ਵਾਲਿਆਂ ਨੂੰ ਜੀ, ਉਦੋਂ ਮੁੱਲ ਨਹੀਂ ਸੀ ਵਧਾਇਆ ਪੰਜਾਬ ਦੀ ਸਰਕਾਰ ਨੇ। ਕਿਸਾਨ ਕਹਿੰਦੇ ਸੀ ਅਸੀਂ ਜਲੰਧਰ ਫਗਵਾੜਾ ਸੜਕ ਤੇ ਧਰਨਾ ਲਾਵਾਂਗੇ, ਟ੍ਰੇਨਾਂ ਵੀ ਰੋਕਣੀਆਂ, ਰੋਡ ਵੀ ਜਾਮ ਕਰਨਾ। ਰਾਈਵ ਸੇਫ ਨਾਂ ਦੀ ਚੰਡੀਗੜ੍ਹ ਦੀ ਇੱਕ NGO ਹੈ, ਉਹਨਾਂ ਨੇ ਪਟੀਸ਼ਨ ਪਾਤੀ, ਪਟੀਸ਼ਨ ਪਾ ਕੇ ਕਿਹਾ ਕਿ ਕਿਸਾਨਾਂ ਦੀਆਂ ਸਮੱਸਿਆਵਾਂ ਜਾਇਜ਼ ਨੇ। ਸਮਝ ਆਉਂਦਾ ਕਿ ਪੰਜਾਬ ਜਿਹੜਾ ਕਿਸਾਨ ਜਿਹੜਾ ਪੰਜਾਬ ਦਾ ਬਹੁਤ ਔਖਾ, ਪਰ ਇਸ ਤਰੀਕੇ ਦੇ ਨਾਲ ਸੜਕਾਂ ਰੋਕ ਕੇ ਪੰਜਾਬ ਦਾ ਕਿਸਾਨ ਜਦੋਂ ਬਾਕੀ ਲੋਕਾਂ ਨੂੰ ਤੰਗ ਕਰਦਾ ਤਾਂ ਬਿਲਕੁਲ ਵੀ ਟੋਲਰੇਟ ਨਹੀਂ ਕੀਤਾ ਜਾ ਸਕਦਾ, ਸਹਿਣ ਨਹੀਂ ਕੀਤਾ ਜਾ ਸਕਦਾ, ਪਾਬੰਦੀ ਲਾ ਦਿਓ। ਹਾਈਕੋਰਟ ਨੇ ਸੜਕ ਰੋਕਣ ਦੇ ਉੱਤੇ ਧਰਨੇ ਤੋਂ ਇੱਕ ਦਿਨ ਪਹਿਲਾਂ ਪਾਬੰਦੀ ਲਾਤੀ ਸੀ, ਇਹ ਵੀ ਕਹਿ ਦਿੱਤਾ ਸੀ ਪ੍ਰਸ਼ਾਸਨ ਨੂੰ ਕਿ ਇਹਨਾਂ ਨੂੰ ਕੋਈ ਇੱਕ ਥਾਂ ਜਿਹੜਾ ਮੁਹੱਈਆ ਕਰਵਾਇਆ ਜਾਏ, ਉੱਥੇ ਸਾਰੇ ਪ੍ਰਬੰਧ ਕਰਾਏ ਜਾਣ ਜੇ ਇਹਨਾਂ ਦੇ ਨਾਲ ਧੱਕਾ ਹੁੰਦਾ, ਤੇ ਜਿੱਥੇ ਬੈਠ ਕੇ ਇਹ ਆਪਣੀ ਗੱਲ ਜਿਹੜੀ ਹੈ ਸਰਕਾਰ ਦੇ ਕੰਨਾਂ ਤੱਕ ਪਹੁੰਚਾ ਸਕਣ। ਨਾਲ ਦੀ ਨਾਲ ਹਾਈਕੋਰਟ ਨੇ ਇਹ ਵੀ ਹੁਕਮ ਦਿੱਤਾ ਸੀ ਕਿ ਭਵਿੱਖ ਦੇ ਵਿੱਚ ਕੋਈ ਵੀ ਕਿਸਾਨ ਜਥੇਬੰਦੀ ਜੇ ਕਿਤੇ ਵੀ ਕੋਈ ਧਰਨਾ ਪ੍ਰਦਰਸ਼ਨ ਕਰਨਾ ਚਾਹੁੰਦੀ ਹੈ ਤਾਂ ਉਹਨੂੰ ਪਹਿਲਾਂ ਅਗਾਊ SSP ਤੇ DC ਸਾਹਿਬ ਤੋਂ ਪ੍ਰਵਾਨਗੀ ਲੈਣੀ ਪਊਗੀ ਜੀ। ਹੁਣ ਹਾਈਕੋਰਟ ਦੀ ਉਸ ਰੋਕ ਦੇ ਬਾਵਜੂਦ ਵੀ ਦੇਸ਼ ਦੀਆਂ 191 ਕਿਸਾਨ ਜਥੇਬੰਦੀਆਂ ਦੇ ਹਿੱਸਾ ਬਣ ਕੇ ਪਾਰਟ ਬਣ ਕੇ ਪੰਜਾਬ ਦੇ ਬਹੁਤ ਸਾਰੇ ਕਿਸਾਨਾਂ ਨੇ 2 ਘੰਟੇ ਦੇ ਲਈ GT ਰੋਡ ਰੋਕਿਆ, ਤੇ ਬਹੁਤੇ ਜ਼ਿਲ੍ਹਿਆਂ ਦੇ ਵਿੱਚ ਇਸੇ ਤਰੀਕੇ ਦੇ ਜਿਹੜੇ ਪ੍ਰਦਰਸ਼ਨ ਹੋਏ। ਹੁਣ ਜਦੋਂ 2 ਘੰਟੇ ਦੇ ਲਈ GT ਰੋਡ ਰੋਕ ਦਿੱਤਾ, ਪ੍ਰਸ਼ਾਸਨ ਨੇ ਹਲਕੀ ਫੁਲਕੀ ਕਾਰਵਾਈ ਕੀਤੀ, ਕਿਉਂਕਿ ਜੇ ਤਾਂ ਕਪਤਾਨ ਸਾਹਿਬ ਦੀ ਸਰਕਾਰ ਕਹਿੰਦੀ ਕਿ ਭਾਈ ਆਪਾਂ ਕਿਸਾਨਾਂ ਨੂੰ ਐਜੀਟੇਸ਼ਨ ਨਹੀਂ ਕਰਨ ਦੇਣੀ ਤਾਂ ਫਿਰ ਗੱਲ ਹੋਰ ਹੋਈ ਸੀ, ਪਰ ਇੱਥੇ ਕੇਵਲ ਤੇ ਕੇਵਲ ਗਊਗਲਾਵਾਂ ਲਾਇਆ ਗਿਆ। ਕਈ ਕਿਸਾਨ ਪਹਿਲਾਂ ਫੜ ਲਿਆ ਜਿਹਦੇ ਧਰਨੇ ਖਤਮ ਹੋਏ ਬਾਅਦ ਵਿੱਚ ਛੱਡ ਦਿੱਤੇ, ਪਰ ਇਹਦੇ ਬਾਵਜੂਦ ਵੀ ਕੁਝ ਇੱਕ ਕਿਸਾਨ ਲੀਡਰਾਂ ਦੇ ਉੱਤੇ 22 ਨੇਮ ਤੇ ਬਾਕੀਆਂ ਦੇ ਉੱਤੇ ਅਣਪਛਾਤੇ ਦੱਸ ਕੇ ਜਿਹੜੇ ਉਹ ਪਰਚੇ ਕੀਤੇ ਗਏ। ਹੁਣ ਧਾਰਾ 147 ਲਾਈ ਗਈ ਸੀ ਉਲੰਘਣਾ ਹੋਈ, ਉਹਦੇ ਤਹਿਤ ਮਾਨਸਾ ਦੇ ਵਿੱਚ 1000 ਕਿਸਾਨਾਂ ਤੇ, ਬਰਨਾਲੇ ਦੇ ਵਿੱਚ 450 ਤੇ, ਬਠਿੰਡੇ ਦੇ ਵਿੱਚ 100 ਤੇ, ਫਿਰੋਜ਼ਪੁਰ 'ਚ 25 ਤੇ, ਮੁਕਤਸਰ ਦੇ ਵਿੱਚ 60 ਲੋਕਾਂ ਦੇ ਉੱਤੇ ਧਾਰਾ 144 ਤੋੜਨ ਦੀ ਦਫ਼ਾ ਲਾ ਕੇ ਜਿਹੜਾ ਉਹਨਾਂ ਦੇ ਉੱਤੇ ਪਰਚੇ ਦਰਜ ਕੀਤੇ ਗਏ ਆ। ਹੁਣ ਦੇਖਦੇ ਹਾਂ ਕਿ ਗੱਲ ਕਿੱਧਰ ਨੂੰ ਜਾਂਦੀ ਹੈ। ਕਿਸਾਨਾਂ ਦੀਆਂ ਮੰਗਾਂ 2-3 ਸੀ, ਇੱਕ ਮੀਟਰਾਂ ਜਿਹੜੇ ਮੀਟਰ ਲੱਗਣੇ ਟਿਊਬਵੈਲਾਂ ਦੇ ਉੱਤੇ ਉਹਦਾ ਵਿਰੋਧ, ਦੂਸਰਾ ਮੁਕੰਮਲ ਕਰਜ਼ਾ ਮਾਫੀ, ਤੇ ਤੀਸਰਾ ਕੇਂਦਰ ਸਰਕਾਰ ਤੋਂ ਮੰਗਿਆ ਸੀ ਕਿ ਵੱਖ ਵੱਖ ਫਸਲਾਂ ਦਾ ਜਿਹੜਾ ਘੱਟੋ ਘੱਟ ਸਮਰਥਨ ਮੁੱਲ ਤੁਸੀਂ ਨਿਰਧਾਰਿਤ ਕਰਨਾ ਸੀ, ਅਜੇ ਤੱਕ ਕੀਤਾ ਕਿਉਂ ਨਹੀਂ, ਜ਼ਰੂਰ ਕਰੋ। ਉਧਰ ਦੂਸਰੇ ਪਾਸੇ ਰਾਈਵ ਸੇਫ ਵਾਲੀ ਸੰਸਥਾ ਨੇ ਫੇਰ ਪਟੀਸ਼ਨ ਪਾਤੀ, ਉਹ ਕਹਿੰਦੇ ਕਿ ਦੇਖੋ ਅਸੀਂ ਪਿਛਲੀ ਵਾਰੀ ਵੀ ਬੇਨਤੀ ਕੀਤੀ ਸੀ, ਅੱਜ ਕੀ ਫਿਰ ਬੇਨਤੀ ਕਰਦੇ ਹਾਂ ਕਿ ਸਰਕਾਰ ਨੇ ਤਾਂ ਕੁਝ ਕਰਨਾ ਨਹੀਂ, ਤੇ ਜੇ ਕਿਸਾਨਾਂ ਨੇ ਥਾਂ ਥਾਂ ਦੇ ਉੱਤੇ GT ਰੋਡ ਰੋਕ ਦਿੱਤੇ, ਟ੍ਰੇਨਾਂ ਰੋਕ ਦਿੱਤੀਆਂ, ਉਹਦੇ ਨਾਲ ਸਾਰੇ ਦਾ ਸਾਰਾ ਨੁਕਸਾਨ ਆਮ ਲੋਕਾਂ ਦਾ ਹੋਣਾ। ਕੋਈ ਬਜ਼ੁਰਗ ਬੈਠਾ ਹੁੰਦਾ ਵਿੱਚ ਬੱਸ ਦੇ, ਜੇ ਟ੍ਰੈਫਿਕ ਜਾਮ ਹੋ ਗਿਆ ਕਿੱਧਰ ਨੂੰ ਚਾਹੀਦਾ, ਕੋਈ ਬੱਚੇ ਨੂੰ ਲੈ ਕੇ ਔਰਤ ਬੈਠੀ ਹੁੰਦੀ, ਕੋਈ ਬਿਮਾਰ ਖਿਲਾਰ ਵੀ ਬੈਠਾ ਹੁੰਦਾ। ਗੱਲ ਤਾਂ ਰਾਈਵ ਸੇਫ ਵਾਲਿਆਂ ਦੀ ਬਿਲਕੁਲ ਠੀਕ ਹੈ, ਉਹਦੇ ਨਾਲ ਨੁਕਸਾਨ ਬਹੁਤ ਹੁੰਦਾ, ਪਰ ਦੂਸਰੇ ਪਾਸੇ
ਜਦੋਂ ਪਟੀਸ਼ਨ ਪਾਈ ਤਾਂ ਮਾਨਯੋਗ ਹਾਈ ਕੋਰਟ ਨੇ ਸਾਰੇ ਦਾ ਸਾਰਾ ਤੋੜਾ ਪੰਜਾਬ ਦੀ ਸਰਕਾਰ ਤੇ ਝਾੜਤਾ। ਉਹ ਕਹਿੰਦੇ ਦੇਖੋ ਕਿੱਡੀ ਹੈਰਾਨੀ ਦੀ ਗੱਲ ਹੈ ਕਿ ਹਰ ਵਾਰੀ ਜਦੋਂ ਕੰਸਟਰਕਸ਼ਨ ਦੇਣੀ ਹੈ ਸਾਡੇ ਵੱਲੋਂ ਦੇਣੀ ਪੈਂਦੀ ਹੈ, ਫਿਰ ਜਾ ਕੇ ਕੰਮ ਹੁੰਦਾ। ਸਰਕਾਰ ਆਪਣੇ ਆਪ ਨੂੰ ਇੰਨਾ ਲਾਚਾਰ ਕਿਉਂ ਮਹਿਸੂਸ ਕਰਦੀ ਹੈ? ਸਰਕਾਰ ਆਪਣੇ ਆਪ ਦੇ ਵਿੱਚ ਕੋਈ ਐਕਸ਼ਨ ਕਿਉਂ ਨਹੀਂ ਲੈਂਦੀ? ਤੇ ਹੁਣ ਇਹ ਵੀ ਕਹਿ ਦਿੱਤਾ ਗਿਆ ਕਿ ਸਰਕਾਰ ਇਹ ਵੀ ਦੱਸੇ ਕਿ ਬਿਨਾਂ ਸਾਡੀ ਪ੍ਰਵਾਨਗੀ ਦੇ ਜਾਂ ਬਿਨਾਂ ਡਿਪਟੀ ਕਮਿਸ਼ਨਰ ਦੀ ਪ੍ਰਵਾਨਗੀ ਦੇ ਜਿੱਥੇ ਜਿੱਥੇ ਵੀ ਕਿਤੇ ਏਦਾਂ ਦੀਆਂ ਘਟਨਾਵਾਂ ਘਟੀਆਂ, ਧਰਨੇ ਪ੍ਰਦਰਸ਼ਨ ਹੋਏ ਆ, ਉਹਨਾਂ ਦਾ ਤੁਰੰਤ ਸਾਰਾ ਜਵਾਬ ਬਣਾ ਕੇ ਸਾਡੇ ਟੇਬਲ ਦੇ ਉੱਤੇ ਆ ਕੇ ਰੱਖਿਆ ਜਾਵੇ। ਤੇ ਦੂਸਰੇ ਪਾਸੇ ਹਾਈਕੋਰਟ ਨੇ ਖੁਦ ਵੀ ਫੈਸਲਾ ਦਿੱਤਾ, ਫੈਸਲਾ ਇਹ ਦਿੱਤਾ ਸੁਖਲੈਬ ਜੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਪਾਵਰਕਾਮ ਦੀ ਕਿਸੇ ਵੀ ਨੰਗੀ ਤਾਰ ਦੇ ਨਾਲ ਚਿੰਬੜ ਕੇ ਕਿਸੇ ਵਿਅਕਤੀ ਦੀ ਜਿਹੜੀ ਉਹ ਮੌਤ ਹੁੰਦੀ ਹੈ ਤਾਂ ਉਹਦੇ ਸਾਰੇ ਦਾ ਸਾਰਾ ਮੁਆਵਜ਼ਾ ਪਾਵਰਕਾਮ ਨੂੰ ਆਪ ਦੇਣਾ ਪਊਗਾ। ਇਹ ਫੈਸਲਾ ਕਿੱਥੇ ਕੀਤਾ ਗਿਆ? ਫੈਸਲਾ ਸੀ ਜੀ ਅੰਮ੍ਰਿਤਸਰ ਦੀ ਅਜਲਾਲਾ ਤਹਿਸੀਲ ਦੇ ਵਿੱਚ ਜਗਦੀਪ ਸਿੰਘ ਨਾਂ ਦੇ ਕਿਸਾਨ ਦੀ ਮੌਤ ਹੋਈ ਸੀ। ਮੌਤ ਇਸ ਤਰੀਕੇ ਹੋਈ ਸੀ ਕਿ ਉਹ ਟਰੈਕਟਰ ਟਰਾਲੀ ਦੇ ਉੱਤੇ ਮਿੱਟੀ ਰੱਬ ਕੇ ਆਉਂਦਾ ਸੀ, ਤਾਰਾਂ ਜਿਹੜੀਆਂ ਨੰਗੀਆਂ ਸੀ ਹੇਠਾਂ ਵੀ ਚੁੱਕੀਆਂ ਹੋਈਆਂ ਸੀ, ਉਹਨਾਂ ਦੀ ਲਪੇਟ ਦੇ ਵਿੱਚ ਆ ਗਿਆ ਮੌਤ ਉਹਦੀ। ਅਗਲਿਆਂ ਨੇ ਜਾ ਕੇ ਹਾਈਕੋਰਟ ਦੇ ਵਿੱਚ ਕੇਸ ਕਰਤਾ ਕਿ ਭਾਈ ਆ ਦੇਖੋ ਗੋਗਲਿਆਂ ਤੋਂ ਮਿੱਟੀ ਝੜੀ ਜਾਂਦੇ ਆ, ਮੁਆਵਜ਼ਾ ਕੋਈ ਦਿੱਤਾ ਨੀ ਸਾਡੇ ਟੱਬਰ ਦਾ ਤਾਂ ਗੁਜ਼ਾਰਾ ਔਖਾ ਹੋ ਗਿਆ। ਇਸ ਕਰਕੇ ਜਦੋਂ ਸਾਰਾ ਕੁਝ ਜਿਹੜਾ ਉਹ ਦੱਸਿਆ ਗਿਆ ਉੱਥੇ, ਤੇ ਫਿਰ ਇਹ ਫੈਸਲਾ ਹੋਇਆ ਕਿ ਅੱਜ ਤੋਂ ਬਾਅਦ ਕੋਈ ਤਾਰ ਨੰਗੀ ਹੋਵੇ, ਢਿੱਲੀ ਹੋਵੇ, ਕੋਈ ਹੋਰ ਅਣਗਹਿਲੀ ਹੋ ਗਈ ਹੋਵੇ, ਜੇ ਕਿਸੇ ਬੰਦੇ ਨੂੰ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਹੁੰਦਾ ਤਾਂ ਸਾਰੇ ਦਾ ਸਾਰਾ ਨੁਕਸਾਨ ਜਿਹੜਾ ਉਹ ਪਾਵਰਕਾਮ ਨੂੰ ਆਪਣੇ ਬੋਝੇ ਦੇ ਵਿੱਚੋਂ ਜੇਬ ਦੇ ਵਿੱਚੋਂ ਜਿਹੜਾ ਉਹ ਝੱਲਣਾ ਪਏਗਾ। ਜੀ ਬਾਠ ਸਾਹਿਬ, ਬ੍ਰੇਕ ਲੈ ਲਈਏ ਜੀ। ਬ੍ਰੇਕ ਤੋਂ ਬਾਅਦ ਬਹੁਤ ਸਾਰੀਆਂ ਹੋਰ ਖਬਰਾਂ ਜਿਹੜੀਆਂ ਦੇ ਉੱਤੇ ਚਰਚਾ ਕਰਨੀ ਹੈ, ਕੁਛ ਹੀ ਪਲਾਂ ਤੋਂ ਬਾਅਦ ਫੇਰ ਮੁੜਦੇ ਜੀ। ਲਓ ਜੀ, ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਸਵਾਗਤ। ਤੇ ਵਟਸਐਪ ਕੈਪਟਨ ਤੇ ਰਾਹੁਲ ਗਾਂਧੀ ਦੀ ਮੁਲਾਕਾਤ ਚੋਂ ਨਿਬੜਿਆ ਜੀ ਕੁਛ? ਸੁਖਨੈਪ ਜੀ, ਕਈ ਚੀਜ਼ਾਂ ਜਿਹੜੀਆਂ ਹੁਣ ਤੱਕ ਸਾਹਮਣੇ ਆਈਆਂ ਜੀ, ਉਹਨਾਂ ਨੇ ਇਹ ਗੱਲ ਕਰ ਦਿੱਤੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਹੋਰੀ ਜਿਹੜੇ ਨੇ ਉਹਨਾਂ ਦਾ ਇਸ ਵੇਲੇ ਸਤਾਰਾ ਜਿਹੜਾ ਕਾਂਗਰਸ ਪਾਰਟੀ ਦੀ ਹਾਈਕਮਾਂਡ ਚ ਪੂਰੀ ਤਰ੍ਹਾਂ ਚਮਕ ਰਿਹਾ ਜੀ। ਗੱਲ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਉੱਥੇ ਜਾ ਕੇ ਇਹ ਵੀ ਕੀਤੀ ਕਿ ਮੰਤਰੀ ਮੰਡਲ ਦੇ ਵਿੱਚ ਵਾਧਾ ਕਰਨਾ ਜੀ ਕਿਵੇਂ ਕਰੀਏ, ਤੇ ਅਗਲਿਆਂ ਕਹਿ ਦਿੱਤਾ ਕਿ ਭਈਆ ਦੋ ਚਾਰ ਬੰਦੇ ਜ਼ਰੂਰ ਰੱਖ ਲਿਓ, ਬਾਕੀ ਤੁਸੀਂ ਆਪਣੀ ਮਰਜ਼ੀ ਦੇਖ ਲਈ। ਹੁਣ ਇਸ ਮੰਤਰੀ ਮੰਡਲ ਦੀ ਜਿਹੜੀ ਆ ਵਿਸਥਾਰ ਦੀ ਯੋਜਨਾ ਉਹ ਲੁਧਿਆਣਾ ਨਗਰ ਨਿਗਮ ਚੋਣ ਦੇ ਨਤੀਜੇ ਤੋਂ ਪਿੱਛੋਂ ਆ। ਇਹਦਾ ਮਤਲਬ ਹੈ ਕਿ ਘੱਟੋ ਘੱਟ ਅਜੇ 20 ਤੋਂ ਲੈ ਕੇ 21 ਦਿਨ ਕਾਂਗਰਸ ਪਾਰਟੀ ਦੇ ਵਿਧਾਇਕਾਂ ਨੂੰ ਇੰਤਜ਼ਾਰ ਕਰਨਾ ਪਏਗਾ, ਪਰ ਰਾਹੁਲ ਗਾਂਧੀ ਹੋਰਾਂ ਦੀ ਸਹਿਮਤੀ ਮਿਲ ਗਈ ਹੈ, ਦੁਬਾਰਾ ਮੁਲਾਕਾਤ ਨਾ ਵੀ ਹੋਈ ਤਾਂ ਵਿਸਥਾਰ ਤਾਂ ਵੀ ਹੋਜੂ। ਦੂਸਰੇ ਨੰਬਰ ਦੇ ਉੱਤੇ ਰਾਹੁਲ ਗਾਂਧੀ ਤੇ ਕੈਪਟਨ ਅਮਰਿੰਦਰ ਸਿੰਘ ਦੇ ਵਿਚਾਲੇ ਮੁਲਾਕਾਤ ਦਾ ਜਿਹੜਾ ਸਭ ਤੋਂ ਮਹੱਤਵਪੂਰਨ ਪਹਿਲੂ ਰਿਹਾ, ਪੰਜਾਬ ਕਾਂਗਰਸ ਪਾਰਟੀ ਦੇ ਵਿੱਚ ਅਹੁਦੇਦਾਰੀਆਂ ਦੀ ਦੁਬਾਰਾ ਵੰਡ। ਸੁਨੀਲ ਜਾਖੜ ਹੋਰੀ ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਰਹਿਣ ਦੀ ਗੱਲ ਸਪਸ਼ਟ ਹੋ ਚੁੱਕੀ ਹੈ, ਪਰ ਅਜੇ ਤੱਕ ਵੀ ਕਾਂਗਰਸ ਪਾਰਟੀ ਦੇ ਵਿੱਚ ਕਈ ਬੰਦੇ ਐਸੇ ਨੇ ਜਿਹੜੇ ਮੰਤਰੀ ਵੀ ਬਣੇ ਹੋਏ ਆ ਤੇ ਪਾਰਟੀ ਦੇ ਅਹੁਦੇਦਾਰ ਵੀ ਨੇ, ਤੇ ਕਈ ਐਸੇ ਨੇ ਜਿਹਨਾਂ ਨੂੰ ਲੱਗਦਾ ਸੀ ਕਿ ਮੰਤਰੀ ਵੀ ਸਾਨੂੰ ਹੋਣਾ ਚਾਹੀਦਾ ਤੇ ਅਹੁਦੇਦਾਰ ਵੀ ਸਾਨੂੰ ਹੋਣਾ ਚਾਹੀਦਾ। ਹੁਣ ਘੱਟੋ ਘੱਟ ਉਹਨਾਂ ਨੂੰ ਮੰਤਰੀ ਤਾਂ ਨਹੀਂ ਬਣਾਇਆ ਜਾ ਸਕਦਾ, ਅਹੁਦੇਦਾਰੀਆਂ ਜਿਹੜੀਆਂ ਉਹ ਦਿੱਤੀਆਂ ਜਾ ਸਕਦੀਆਂ। ਇਹਦੇ ਨਾਲ ਨਾਲ ਰਾਹੁਲ ਗਾਂਧੀ ਹੋਰਾਂ ਨੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਆਪਣੇ ਵੱਲੋਂ ਸੁਝਾਅ ਵੀ ਦੇ ਦਿੱਤਾ ਕਿ ਭਾਈ ਜਦੋਂ ਐਤਕੀ ਜਥੇਬੰਦਕ ਢਾਂਚਾ ਬਣਾਇਆ ਤੇ ਸਭ ਤੋਂ ਵੱਧ ਜ਼ੋਰ ਕਿਸਾਨਾਂ, ਔਰਤਾਂ ਤੇ ਬੇਰੁਜ਼ਗਾਰਾਂ ਦੇ ਉੱਤੇ ਦਿਓ, ਜੇ 2019 ਦੀ ਲੋਕ ਸਭਾ ਚੋਣ ਦੇ ਵਿੱਚ ਪੰਜਾਬ ਦੇ ਵਿੱਚੋਂ ਅੱਧਿਓਂ ਵੱਧ ਸੀਟਾਂ ਜਿੱਤਣੀਆਂ ਤਾਂ। ਇਹਦੇ ਨਾਲ ਨਾਲ ਆਲ ਇੰਡੀਆ ਕਾਂਗਰਸ ਕਮੇਟੀ ਦਾ ਇੱਕ ਸੰਮੇਲਨ ਹੋਣਾ 2 ਦਿਨ ਦਾ। ਕੈਪਟਨ ਅਮਰਿੰਦਰ ਸਿੰਘ ਤੇ ਸੁਨੀਲ ਜਾਖੜ ਸਾਹਿਬ ਦਾ ਸਾਰਾ ਜ਼ੋਰ ਲੱਗਿਆ ਹੋਇਆ ਕਿ ਉਹ ਜਿਹੜਾ ਸੰਮੇਲਨ ਹੈ ਜੇ ਮੋਹਾਲੀ ਤੇ ਚੰਡੀਗੜ੍ਹ ਵਿੱਚ ਹੋ ਜਾਵੇ ਤਾਂ ਬੱਲੇ ਬੱਲੇ ਹੋ ਜਾਏ। ਦੂਸਰੇ ਪਾਸੇ ਕਾਂਗਰਸ ਪਾਰਟੀ ਨੂੰ ਕਈ ਬੰਦੇ ਏਦਾਂ ਦੀਆਂ ਸਲਾਹਾਂ ਵੀ ਦਿੰਦੇ ਆ ਕਿ ਸਭ ਤੋਂ ਪਹਿਲਾਂ ਚੋਣਾਂ ਤੱਕ ਕਰਨਾਟਕ ਦੇ ਵਿੱਚ ਨੇ, ਤੇ ਕਰਨਾਟਕ ਦੇ ਵਿੱਚ ਜੇ ਤੁਸੀਂ ਜਾ ਕੇ ਆਲ ਇੰਡੀਆ ਕਾਂਗਰਸ ਪਾਰਟੀ ਦਾ ਇਹ ਸੰਮੇਲਨ ਕਰੋਗੇ ਤਾਂ ਕਿਤੇ ਨਾ ਕਿਤੇ ਲੋਕਾਂ ਦੇ ਮਨਾਂ ਦੇ ਉੱਤੇ ਪ੍ਰਭਾਵ ਜ਼ਰੂਰ ਪਏਗਾ, ਭਾਵੇਂ 1% ਵੋਟਾਂ ਨੂੰ ਹੀ ਉਹ ਪ੍ਰਭਾਵਿਤ ਕਿਉਂ ਨਾ ਕਰੇ। ਹੁਣ ਇਹ ਸਾਰੀਆਂ ਗੱਲਾਂ ਬਾਤਾਂ ਜਿਹੜੀਆਂ ਸੁਨੀਲ ਜਾਖੜ ਤੇ ਬੀਬੀ ਆਸ਼ਾ ਕੁਮਾਰੀ ਦੀ ਹਾਜ਼ਰੀ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਸੁਣੀਆਂ, ਉਹਦੇ ਤੋਂ ਬਾਅਦ ਹੁਣ ਵੇਖਦੇ ਆ ਕਿ ਕੈਪਟਨ ਅਮਰਿੰਦਰ ਸਿੰਘ ਹੋਰੀ ਪੰਜਾਬ ਕਾਂਗਰਸ ਦਾ ਪੁਨਰਗਠਨ ਕਦੋਂ ਕਰਦੇ ਆ, ਕਿਹਨੂੰ ਕਿਹਨੂੰ ਅਹੁਦੇਦਾਰੀਆਂ ਦਿੱਤੀਆਂ ਜਾਂਦੀਆਂ ਤੇ ਕਿਹਦੇ ਕਿਹਦੇ ਕੋਲ ਅਹੁਦੇਦਾਰੀਆਂ ਜਿਹੜੀਆਂ ਉਹ ਵਾਪਸ ਲਈਆਂ ਜਾਂਦੀਆਂ। ਪਰ ਇੰਨੀ ਗੱਲ ਜ਼ਰੂਰ ਹੈ ਕਿ ਕੈਪਟਨ ਅਮਰਿੰਦਰ ਸਿੰਘ ਹੋਰੀ ਅਜੇ ਤੱਕ ਵੀ ਰਾਣਾ ਗੁਰਜੀਤ ਸਿੰਘ ਦੇ ਮਾਮਲੇ ਤੋਂ ਬਾਅਦ ਵੀ ਰਾਹੁਲ ਗਾਂਧੀ ਦੇ ਜਿਹੜੇ ਖਾਸਮ ਖਾਸ ਤੇ ਵਿਸ਼ਵਾਸ ਪਾਤਰ ਬਣੇ ਹੋਏ ਆ, ਤੇ ਕਾਂਗਰਸ ਪਾਰਟੀ ਦੇ ਜਿਹੜੇ ਕਾਂਗਰਸ ਦੇ ਕੈਪਟਨ ਵਿਰੋਧੀ ਲੀਡਰ
ਚਾਰ ਕੁ ਦਿਨਾਂ ਤੋਂ ਦਿੱਲੀ ਡੇਰਾ ਲਾ ਕੇ ਬੈਠੇ ਹੋਏ ਸੀ ਕਿ ਭਾਈ ਅੱਜ ਆਪਾਂ ਮਾਹੌਲ ਏਦਾਂ ਦਾ ਬਣਾਉਣਾ ਹੈ ਜਿਹਦੇ ਨਾਲ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਿਆਸੀ ਤੌਰ ਤੇ ਫੱਟੀ ਪੋਚ ਹੋ ਜਾਏ। ਪਰ ਉਦਾਂ ਦੀ ਕੋਈ ਗੱਲ ਨਹੀਂ ਹੋਈ। ਕੈਪਟਨ ਅਮਰਿੰਦਰ ਸਿੰਘ ਦੇ ਵਿਰੋਧੀਆਂ ਨੂੰ ਰਾਹੁਲ ਗਾਂਧੀ ਤੇ ਕੈਪਟਨ ਅਮਰਿੰਦਰ ਸਿੰਘ ਦੀ ਇਸ ਆਪਸੀ ਮੀਟਿੰਗ ਦੇ ਵਿੱਚੋਂ ਬਹੁਤ ਵੱਡੇ ਝਟਕੇ ਲੱਗੇ ਨੇ ਜੀ। ਤੇ ਐਮਐਲਏ ਹੋਸਟਲ ਦੇ ਵਿੱਚ ਵੀ ਰੌਲਾ ਰੱਪਾ ਪੈ ਗਿਆ ਜੀ। ਕਹਿੰਦੇ ਅਕਾਲੀ ਦਲ ਦਾ ਇੱਕ ਆਗੂ ਹਜੇ ਨਹੀਂ ਛੱਡਦਾ ਫਲੈਟ। ਸੁਖਨਾਥ ਜੀ, ਪਿੰਡਾਂ ਦੇ ਵਿੱਚ ਹੁੰਦਾ ਸੀ ਕਿ ਭਾਈ ਬੰਨਾ ਵਾਹ ਲਿਆ, ਖੱਤਾ ਨਹੀਂ ਛੱਡਦਾ ਸਾਡਾ, ਢੇਰ ਵਾਲਾ ਥਾਂ ਦੱਬ ਲਿਆ। ਇੱਦਾਂ ਦੀਆਂ ਗੱਲਾਂ ਪੰਜਾਬ ਦੇ ਪਿੰਡਾਂ 'ਚ ਆਮ ਚੱਲਦੀਆਂ, ਰੂੜੀਆਂ ਵਾਲੇ ਥਾਂ ਦੱਬੇ ਜਾਂਦੇ। ਸ਼ਹਿਰਾਂ ਦੇ ਵਿੱਚ ਹੁੰਦਾ ਕਿ ਭਾਈ ਬੰਦਾ ਦੁਕਾਨ 'ਚ ਆ ਕੇ ਬਹਿ ਗਿਆ, ਦੁਕਾਨ ਨਹੀਂ ਛੱਡਦਾ। ਕਮਰਾ ਕਿਰਾਏ 'ਤੇ ਲਿਆ ਸੀ, ਕਹਿੰਦਾ ਤਾਂ ਮੇਰਾ, ਤੁਸੀਂ ਦੱਸੋ ਕਿਰਾਇਆ ਲੈਣਾ ਕਰਨਾ ਕਿ ਨਹੀਂ ਲੈਣਾ ਕਰਨਾ। ਹੁਣ ਏਦਾਂ ਦੇ ਚੱਕਰ ਜਦੋਂ ਹੇਠਲੀ ਪੱਧਰ ਦੇ ਉੱਤੇ ਚੱਲਦੇ ਆ ਤਾਂ ਸਮਝ ਆਉਂਦਾ ਕਿ ਭਾਈ ਲੋਕਾਂ ਦੀ ਦੌੜ ਹੀ ਉੱਥੇ ਟਾਕਾ ਕਰਨ ਕੀ, ਕਿੰਨਾ ਕੁ ਅੱਗੇ ਅੱਗੇ ਹੋ ਕੇ ਸਾਰਾ ਕੰਮ ਕਰੀ ਜਾਣ। ਪਰ ਦੂਸਰੇ ਪਾਸੇ ਹੁਣ ਪੰਜਾਬ ਦੇ ਐਮਐਲਏ ਹੋਸਟਲ ਦੇ ਵਿੱਚ ਵੀ ਬਹੁਤ ਵੱਡਾ ਰੌਲਾ ਪਿਆ। ਐਮਐਲਏ ਹੋਸਟਲ ਦੇ ਵਿੱਚ ਫਲੈਟ ਨੇ, ਜਿਹੜੇ ਫਲੈਟ ਪੰਜਾਬ ਦੇ ਉਹਨਾਂ ਵਿਧਾਇਕਾਂ ਨੂੰ ਦਿੱਤੇ ਜਾਂਦੇ ਆ ਜਿਹੜੇ ਵਿਧਾਨ ਸਭਾ ਦੀ ਚੋਣ ਦੇ ਵਿੱਚ ਲੋਕਾਂ ਦੀਆਂ ਵੋਟਾਂ ਦੇ ਨਾਲ ਜਿੱਤ ਕੇ ਆਉਂਦੇ ਆ। ਸਰਕਾਰ ਕਹਿੰਦੀ ਹੈ, ਕਾਨੂੰਨ ਕਹਿੰਦਾ ਕਿ ਭਾਈ ਤੁਹਾਨੂੰ ਵਿਧਾਨ ਸਭਾ ਦੇ ਸੈਸ਼ਨਾਂ 'ਚ ਵੀ ਆਉਣਾ ਜਾਣਾ ਪੈਣਾ, ਸਰਕਾਰੀ ਕੰਮਾਂ ਦੇ ਲਈ ਵੀ ਚੰਡੀਗੜ੍ਹ ਅਕਸਰ ਤੁਹਾਨੂੰ ਆਉਣਾ ਪੈਣਾ। ਇਸ ਕਰਕੇ ਤੁਹਾਨੂੰ ਅਸੀਂ ਇੱਕ ਫਲੈਟ ਦਿੰਦੇ ਹਾਂ ਜਿਹਦਾ ਕਿ ਕੋਈ ਵੀ ਕਿਰਾਇਆ ਨਹੀਂ ਹੋਏਗਾ, ਕੋਈ ਭਾੜਾ ਨਹੀਂ ਹੋਏਗਾ, ਬਸ ਤੁਸੀਂ ਆ ਕੇ ਇੱਥੇ ਸੌਣਾ ਹੀ ਹੈ ਜਾਂ ਉੱਥੇ ਹੋਰ ਜਿਹੜਾ ਕਾਰੋਬਾਰ ਕਰਨਾ ਉਹੀ ਕਰਨਾ। ਹੁਣ ਹੋਇਆ ਕੀ, ਜ਼ੀਰਾ ਵਿਧਾਨ ਸਭਾ ਹਲਕੇ ਤੋਂ ਮੁਕਾਬਲਾ ਬੜਾ ਫਾਸਲਾ ਹੋਇਆ ਸੀ। ਇੱਕ ਪਾਸੇ ਇੰਦਰਜੀਤ ਸਿੰਘ ਜ਼ੀਰਾ ਦਾ ਪੁੱਤ ਸੀ ਨੌਜਵਾਨ ਆਗੂ ਕੁਲਵੀਰ ਸਿੰਘ ਜ਼ੀਰਾ, ਤੇ ਦੂਸਰੇ ਪਾਸੇ ਅਕਾਲੀ ਦਲ ਦਾ ਚਾਰ ਵਾਰੀ ਦਾ ਐਮਐਲਏ ਸੀ ਹਰੀ ਸਿੰਘ ਜ਼ੀਰਾ। ਹਰੀ ਸਿੰਘ ਜ਼ੀਰਾ ਵੀ ਉਹੀ ਜਿਹੜੇ ਡਾਕਟਰ ਦਲਜੀਤ ਸਿੰਘ ਚੀਮਾ ਹੋਰਾਂ ਨੂੰ ਕੈਬਨਿਟ ਮੰਤਰੀ ਬਣਾਉਣ ਦੇ ਲਈ ਔਖੇ ਭਾਰੇ ਹੋ ਗਿਆ ਸੀ, ਗੁੱਸੇ ਹੋ ਗਿਆ ਸੀ। ਉਹ ਹਰੀ ਸਿੰਘ ਜ਼ੀਰਾ ਚਾਰ ਵਾਰੀ ਦੇ ਐਮਐਲਏ, ਤੇ ਇੱਧਰ ਕੁਲਵੀਰ ਸਿੰਘ ਜ਼ੀਰਾ ਨਵਾਂ ਜੋਸ਼, ਤੇ ਹਰੀ ਸਿੰਘ ਜ਼ੀਰਾ ਹੋਰਾਂ ਨਾਲ ਵੀ ਉਹੀ ਹੋਇਆ ਜਿਹੜਾ ਬਹੁਤੀਆਂ ਪੰਜਾਬ ਦੀਆਂ ਸੀਟਾਂ ਤੇ ਹੋਇਆ ਸੀ। ਇਲੈਕਸ਼ਨ ਹਾਰ ਗਿਆ, ਕਾਂਗਰਸ ਪਾਰਟੀ ਦੇ ਕੁਲਵੀਰ ਸਿੰਘ ਜ਼ੀਰਾ ਨੇ ਸੀਟ ਜਿੱਤ ਲਈ। ਹੁਣ ਸੀਟ ਜਿੱਤ ਲਈ ਤਾਂ ਸਾਲ ਕੁ ਬਾਅਦ ਆ ਕੇ ਹੁਣ 41 ਨੰਬਰ ਜਿਹੜਾ ਫਲੈਟ ਹੈ ਐਮਐਲਏ ਹੋਸਟਲ ਦੇ ਵਿੱਚ, ਉਹ ਕੁਲਵੀਰ ਸਿੰਘ ਜ਼ੀਰਾ ਨੂੰ ਅਲਾਟ ਕਰ ਦਿੱਤਾ ਗਿਆ ਕਿ ਤੁਸੀਂ ਜਾਓ ਇੱਥੇ ਰਹੋ। ਕੁਲਵੀਰ ਸਿੰਘ ਜ਼ੀਰਾ ਨੇ ਦਾਅਵਾ ਕੀਤਾ, ਕਹਿੰਦੇ ਜਦੋਂ ਮੈਂ ਗਿਆ ਮੈਂ ਵੇਖਿਆ ਕਿ ਫਲੈਟ ਦਾ ਦਰਵਾਜ਼ਾ ਬੰਦ ਸੀ, ਲਾਈਟਾਂ ਅੰਦਰ ਜਗਣ ਲਈਆਂ, ਸਮਾਨ ਕਿੱਥੇ ਦਾ ਪਿਆ। ਮੈਂ ਕਹਿੰਦੇ ਆਸੇ ਪਾਸੇ ਪਤਾ ਕੀਤਾ ਤੇ ਪਤਾ ਲੱਗਾ ਕਿ ਜਿਹੜੇ ਬੰਦੇ ਨੂੰ ਸਾਲ ਪਹਿਲਾਂ ਮੈਂ ਪੰਜਾਬ ਦੀ ਵਿਧਾਨ ਸਭਾ ਚੋਣ ਦੇ ਵਿੱਚ ਹਰਾ ਚੁੱਕਿਆ, ਯਾਨੀ ਕਿ ਅਕਾਲੀ ਦਲ ਦੇ ਸਾਬਕਾ ਵਿਧਾਇਕ ਹਰੀ ਸਿੰਘ ਜ਼ੀਰਾ ਨੂੰ, ਇਹ ਸਮਾਨ ਉਹਨਾਂ ਦਾ ਪਿਆ। ਉਸੇ ਵੇਲੇ ਕੁਲਵੀਰ ਸਿੰਘ ਜ਼ੀਰਾ ਹੋਰੀ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ ਪੀ ਸਿੰਘ ਰਨ ਦੱਸ ਕੇ ਆਏ, ਸੈਕਟਰੀ ਨੂੰ ਦੱਸ ਕੇ ਆਏ ਤੇ ਕਹਿ ਗਿਆ ਕਿ ਜਿੰਨੀ ਛੇਤੀ ਹੋ ਸਕਦਾ ਉਨੀ ਛੇਤੀ ਉੱਥੇ ਆ ਕੇ ਤੇ ਪਤਾ ਛਤਾ ਕਰੋ ਕਮੇਟੀ ਦੇ ਰੂਪ ਦੇ ਵਿੱਚ ਕਿ ਭਾਈ ਇਹ ਸਾਰਾ ਕੰਮ ਕਦੋਂ ਦਾ ਚੱਲਦਾ। ਹੁਣ ਹੋਇਆ ਕੀ, ਵਿੱਚੋਂ ਕਿਹਦੀ ਚੀਜ਼ ਨਿਕਲੀ ਹੈ ਕਿ ਜਦੋਂ ਵਿਧਾਨ ਸਭਾ ਦੀਆਂ ਚੋਣਾਂ ਹੋਈਆਂ, ਹਰੀ ਸਿੰਘ ਜ਼ੀਰਾ ਹਾਰ ਗਿਆ, ਉਹਨਾਂ ਨੂੰ ਨੋਟਿਸ ਕੱਢ ਦਿੱਤਾ ਗਿਆ ਕਿ ਭਾਈ ਕਮਰਾ ਛੱਡ ਦਿਓ, ਫਲੈਟ ਛੱਡ ਦਿਓ। ਉਹਨਾਂ ਦੀ ਜਗ੍ਹਾ ਦੇ ਉੱਤੇ ਸਮਰਾਲੇ ਤੋਂ ਕਾਂਗਰਸ ਪਾਰਟੀ ਦੇ ਵਿਧਾਇਕ ਅਮਰੀਕ ਸਿੰਘ ਢਿੱਲੋਂ ਹੋਰਾਂ ਨੂੰ ਕਹਿਤਾ ਕਿ ਤੁਸੀਂ ਇੱਥੇ ਸ਼ਿਫਟ ਹੋ ਜਾਓ। ਅਮਰੀਕ ਸਿੰਘ ਢਿੱਲੋਂ ਉੱਥੇ ਸ਼ਿਫਟ ਨਹੀਂ ਹੋਏ। 9 ਮਹੀਨਿਆਂ ਦੇ ਬਾਅਦ 25 ਜਨਵਰੀ ਨੂੰ ਉਹਨਾਂ ਨੇ ਸਪੀਕਰ ਨੂੰ ਇਹ ਚਿੱਠੀ ਲਿਖ ਦਿੱਤੀ ਕਿ ਭਾਈ ਮੈਨੂੰ ਇਹ ਫਲੈਟ ਚਾਹੀਦੇ ਨਹੀਂ, ਤਾਂ ਸਪੀਕਰ ਸਾਹਿਬ ਨੇ ਫਲੈਟ ਜਿਹੜਾ ਕੁਲਵੀਰ ਸਿੰਘ ਜ਼ੀਰਾ ਨੂੰ ਅਲਾਟ ਕਰਾਤਾ ਕਿ ਭਾਈ ਤੁਹਾਡੇ ਕੋਲ ਸਰਕਾਰੀ ਤੌਰ ਦੇ ਉੱਤੇ ਅੱਜ ਇੱਥੇ ਪੈਰ ਰੱਖਣ ਨੂੰ ਕੋਈ ਥਾਂ ਹੀ ਨਹੀਂ, ਆ ਲਓ ਤੁਸੀਂ ਫਲੈਟ ਲੈ ਲਓ। ਹੁਣ ਕੁਲਵੀਰ ਸਿੰਘ ਜ਼ੀਰਾ ਹੋਰੀ ਕਹਿੰਦੇ ਮੈਂ ਉਸੇ ਵੇਲੇ ਗਿਆ, ਜਾ ਕੇ ਦੇਖਿਆ ਕਿ ਉੱਥੇ ਹਰੀ ਸਿੰਘ ਜ਼ੀਰਾ ਦਾ ਅਜੇ ਤੱਕ ਵੀ ਕਬਜ਼ਾ, ਤੇ ਇੱਥੋਂ ਤੱਕ ਕੁਲਵੀਰ ਸਿੰਘ ਜ਼ੀਰਾ ਨੇ ਕਹਿਤਾ ਕਿ ਗੈਰ ਕਾਨੂੰਨੀ ਢੰਗ ਦੇ ਨਾਲ ਕਬਜ਼ਾ ਕੀਤਾ ਹੋਇਆ, ਲਗਾਤਾਰ ਉੱਥੇ ਬਿਜਲੀ ਦੀ ਦੁਰਵਰਤੋਂ ਹੁੰਦੀ ਰਹੀ ਹੈ, ਤੇ ਸਾਰੇ ਦੇ ਸਾਰੇ ਜਿਹੜੇ ਇੱਦਾਂ ਦੇ ਕੰਮ ਨੇ ਉਹਦਾ ਤਲਾਸ਼ ਕਰਨ ਵਾਲਾ, ਤੇ ਜਿੰਨੀ ਛੇਤੀ ਹੋ ਸਕਦਾ ਇਸ ਬੰਦੇ ਤੋਂ ਬਿਜਲੀ ਦਾ ਪਿਛਲੇ 8-9 ਮਹੀਨਿਆਂ ਦਾ ਬਿੱਲ ਵੀ ਵਸੂਲਿਆ ਜਾਏ। ਤੇ ਜਦੋਂ ਇਹ ਸਾਰੀਆਂ ਗੱਲਾਂ ਬਾਤਾਂ ਹਰੀ ਸਿੰਘ ਜ਼ੀਰਾ ਦੇ ਪੁੱਤ ਨੂੰ ਪੁੱਛੀਆਂ, ਉਹ ਕਹਿੰਦੇ ਇੱਦਾਂ ਦੀ ਗੱਲ ਕੋਈ ਨਹੀਂ, ਸਾਡੀ ਸਮਰਾਲੇ ਵਾਲੇ ਕਾਂਗਰਸੀ ਐਮਐਲਏ ਅਮਰੀਕ ਸਿੰਘ ਢਿੱਲੋਂ ਦੇ ਨਾਲ ਗੱਲ ਹੋਈ ਸੀ, ਉਹ ਕਹਿੰਦੇ ਸੀ ਕੋਈ ਗੱਲ ਨੀ, ਸਮਾਨ ਇੱਕ ਅੱਧੇ ਕਮਰੇ ਦੇ ਵਿੱਚ ਰੱਖ ਲਓ। ਹੁਣ ਠੀਕ ਹੈ ਭਾਈ, ਤੁਸੀਂ ਸਮਾਨ ਤਾਂ ਰੱਖ ਦਿਓ ਨਾ, ਜੇ ਤੁਹਾਨੂੰ ਲੱਗਦਾ ਕਿ 5 ਸਾਲ ਲਈ ਜਿਹੜੀ ਸਿਆਸੀ ਗੱਡੀ ਚੱਲਣੀ ਹੈ ਉਹ ਸਿਆਸੀ ਗੱਡੀ ਜਿਹੜੀ ਹੈ ਉਹ ਕਿਤੇ ਨਾ ਕਿਤੇ ਇਸ ਤਰ੍ਹਾਂ ਦੇ ਮਸਲਿਆਂ ਦੇ ਉੱਤੇ ਚੱਲਣੀ ਹੈ। ਉਹਨਾਂ ਨੂੰ ਲੱਗਦਾ ਸੀ ਕਿ ਜਿਹੜੀ ਸਿਆਸੀ ਗੱਡੀ ਚੱਲਣੀ ਉਹਦੇ ਵਿੱਚ ਅਸੀਂ 5 ਸਾਲ ਹੀ ਫਿਰ ਚੁੱਕ ਕੇ ਆ ਜਾਣਾ, ਸਮਾਨ ਉੱਥੇ ਸਟੋਰ ਦੇ ਵਿੱਚ ਰੱਖ ਲਈਏ, ਮੁੜ ਕੇ ਫਲੈਟ ਅਸੀਂ ਫਿਰ ਹੀ ਲੈ ਲੈਣਾ। ਪਰ ਇੱਕ ਸੰਵਿਧਾਨਿਕ ਤੌਰ ਤੇ ਕਾਨੂੰਨੀ ਤੌਰ ਦੇ ਉੱਤੇ ਹਰੀ ਸਿੰਘ ਜ਼ੀਰਾ ਨਾ ਤਾਂ ਉੱਥੇ ਆਪਣਾ ਸਮਾਨ ਰੱਖ ਸਕਦੇ ਸੀ ਨਾ ਰਹਿ ਸਕਦੇ ਸੀ, ਤੇ ਜੇ ਉਹਨਾਂ ਨੇ ਏਦਾਂ ਕੀਤਾ ਕਾਨੂੰਨਾਂ ਨੇ ਗਲਤ ਕੀਤਾ। ਦੇਖਦੇ ਹਾਂ ਕਿ ਇੰਦਰਜੀਤ ਸਿੰਘ ਜ਼ੀਰਾ ਤੇ ਉਹਨਾਂ ਦਾ ਐਮਐਲਏ ਪੁੱਤ ਜਿਹੜਾ ਕੁਲਵੀਰ ਸਿੰਘ ਜ਼ੀਰਾ ਇਸ ਮਾਮਲੇ ਨੂੰ ਕਿੰਨਾ ਕੁ ਛੱਜ ਦੇ ਵਿੱਚ ਪਾ ਕੇ ਛੱਡਦੇ ਆ। ਪਰ ਰੌਲਾ ਰੱਪਾ ਇਸ ਵੇਲੇ ਐਮਐਲਏ ਹੋਸਟਲ ਦੇ ਵਿੱਚ ਕਾਫੀ ਵੱਡੀ ਪੱਧਰ ਦੇ ਉੱਤੇ ਭਖਿਆ ਹੋਇਆ ਜੀ। ਗੈਂਗਸਟਰਾਂ ਲਈ ਪੰਜਾਬ ਪੁਲਿਸ ਨੇ ਇੱਕ ਮੁਹਿੰਮ ਚਲਾਤੀ ਜੀ। ਸੁਖਨਾਥ ਜੀ, ਬੜੀ ਜ਼ਰੂਰੀ ਮੁਹਿੰਮ ਸੀ, ਚਲੋ ਚਲਾਤੀ, ਚੰਗਾ ਹੋਇਆ, ਪਹਿਲਾਂ ਚਲਾ ਲੈਂਦੇ ਇਦੋਂ ਵੀ ਚੰਗਾ ਹੁੰਦਾ। ਹੁਣ ਕੀਤਾ ਕਿ
ਕਿ ਜਿਹੜੇ ਪੰਜਾਬ ਦੇ ਵਿੱਚ ਗੈਂਗਸਟਰ ਨੇ ਬੜੇ ਚਰਚਿਤ ਨੇ, ਕਦੇ ਜੇਲ੍ਹਾਂ ਭੰਨਦੇ ਆ, ਕਦੇ ਫਰੋਤੀਆਂ ਮੰਗਦੇ ਆ, ਕਦੇ ਪੁਲਿਸ ਨੂੰ ਚੈਲੰਜ ਕਰਦੇ ਆ ਕਿ ਭਾਈ ਫੜ ਲਓ ਜੇ ਫੜ ਸਕਦੇ ਹਾਂ। ਵਿੱਕੀ ਗੌਂਡਰ ਤੇ ਪ੍ਰੇਮਾ ਨਹੋਰੀਆ ਮਾਰੇ ਗਏ ਆਪਣੇ ਇੱਕ ਤੀਸਰੇ ਸਾਥੀ ਸਮੇਤ, ਤੇ ਜਦੋਂ ਮਾਰੇ ਗਏ ਉਹਦੇ ਤੋਂ ਬਾਅਦ ਵੀ ਸੋਸ਼ਲ ਮੀਡੀਆ ਤੇ ਧਮਕੀਆਂ ਗਈਆਂ ਸਾਡੇ ਦੋ ਬੰਦੇ ਬਾਰੇ ਅਸੀਂ ਛੇ ਮਾਰਾਂਗੇ, ਇੱਦਾਂ ਦਾ ਫਾਰਮੂਲਾ ਇੱਕ ਦੇਤਾ। ਪਰ ਹਾਲਾਤ ਕੀ ਬਣੇ ਨੇ ਹੁਣ? ਇੱਕ ਪਾਸੇ ਤਾਂ ਪੰਜਾਬ ਦੀ ਪੁਲਿਸ ਦੇ ਉੱਤੇ ਦੋਸ਼ ਲਾਏ ਪ੍ਰੇਮਾ ਨਹੋਰੀਆ ਤੇ ਵਿੱਕੀ ਗੌਂਡਰ ਦੇ ਪਰਿਵਾਰਕ ਮੈਂਬਰਾਂ ਨੇ ਕਿ ਭਾਈ ਉਹ ਤਾਂ ਆਤਮ ਸਮਰਪਣ ਕਰਨਾ ਚਾਹੁੰਦੇ ਸੀ, ਪੁਲਿਸ ਨੇ ਧੱਕੇ ਨਾਲ ਐਨਕਾਊਂਟਰ ਕੀਤਾ ਫੀਤੀਆਂ ਲਵਾਉਣ ਦੇ ਲਈ। ਇਹਦੇ ਨਾਲ ਨਾਲ ਹੁਣ ਜਿਹੜੀ ਇੱਕ ਵਿਸ਼ੇਸ਼ ਫੋਰਸ ਬਣੀ ਹੋਈ ਹੈ ਸੰਗਠਿਤ ਅਪਰਾਧ ਰੋਕੂ ਯੂਨਿਟ, ਉਸ ਸੰਗਠਿਤ ਅਪਰਾਧ ਰੋਕੂ ਯੂਨਿਟ ਨੇ ਚਿੱਠੀਆਂ ਲਿਖੀਆਂ ਸਾਰੇ ਜ਼ਿਲ੍ਹਿਆਂ ਦੇ SSPs ਨੂੰ, ਪੁਲਿਸ ਕਮਿਸ਼ਨਰਾਂ ਨੂੰ, DIGs ਨੂੰ ਤੇ ਜ਼ੋਨਲ ਇੰਚਾਰਜ ਜਿਹੜੇ ਨੇ ਉਹਨਾਂ ਨੂੰ ਚਿੱਠੀਆਂ ਵੀ ਲਿਖੀਆਂ ਕਿ ਦੇਖੋ ਜੀ ਸਿੱਧੇ ਤੌਰ ਦੇ ਉੱਤੇ ਅਸੀਂ ਤੁਹਾਡੇ ਨਾਲ ਇੱਕ ਗੱਲ ਸਾਂਝੀ ਕਰਨੀ ਹੈ। ਆ ਇੱਕ ਨਾਲ ਲੱਖੀ ਹੈ ਜੀ ਲਿਸਟ, ਇਹਦੇ ਵਿੱਚ ਪਤਾ ਲੱਗਦਾ ਏ ਕੈਟਾਗਰੀ ਦੇ ਕਿੰਨੇ ਗੈਂਗਸਟਰ ਨੇ, ਬੀ ਦੇ ਕਿੰਨੇ ਤੇ ਸੀ ਦੇ ਕਿੰਨੇ। ਟਾਸਕ ਕੀ ਦਿੱਤਾ ਗਿਆ ਕਿ ਹਰ ਇੱਕ ਥਾਣੇ ਦਾ ਮੁਖੀ ਜਿਹੜਾ ਉਹ ਜ਼ਿਲ੍ਹੇ ਦੇ ਪੁਲਿਸ ਮੁਖੀ ਦੀ ਰਹਿਨਮਾਈ ਦੇ ਹੇਠ ਉਹਨਾਂ ਸਾਰੇ ਲੋਕਾਂ ਦੇ ਘਰੇ ਜਾਏਗਾ ਜਿਹੜੇ ਲੋਕਾਂ ਦੇ ਪੁੱਤ ਗੈਂਗਸਟਰ ਬਣ ਗਿਆ। ਜਾ ਕੇ ਕੀ ਕਰਨਾ? ਉਹਨਾਂ ਨੂੰ ਸਮਝਾਉਣਾ ਹੈ ਕਿ ਤੁਸੀਂ ਆਪਣੇ ਪੁੱਤਰਾਂ ਦਾ ਰਾਸਤਾ ਕਾਇਮ ਕਰੋ, ਉਹਨਾਂ ਨੂੰ ਕਹੋ ਕਿ ਪੰਜਾਬ ਪੁਲਿਸ ਤੁਹਾਡੇ ਨਾਲ ਨਰਮੀ ਨਾਲ ਪੇਸ਼ ਆਏਗੀ ਤੇ ਤੁਸੀਂ ਆ ਕੇ ਮੁੱਖ ਧਾਰਾ ਵਿੱਚ ਸ਼ਾਮਿਲ ਹੋਵੋ। ਜਿਹੜੇ ਕਾਨੂੰਨ ਭੰਨੇ ਹੈ ਉਹਨਾਂ ਕਾਨੂੰਨਾਂ ਦੀ ਸਜ਼ਾ ਜਿਹੜੀ ਹੈ ਉਹ ਸਿਆਸਤ ਭੁਗਤੋ। ਹੁਣ ਕਿੰਨੇ ਕੁ ਪਰਿਵਾਰ ਪੰਜਾਬ ਪੁਲਿਸ ਦੀ ਇਸ ਪਹਿਲਕਦਮੀ ਦੇ ਨਾਲ ਮੰਨਦੇ ਆ ਆਉਣ ਵਾਲਾ ਸਮਾਂ ਦੱਸੇਗਾ। 11 ਫਰਵਰੀ ਤੱਕ ਇਹ ਜਿਹੜੇ ਪੁਲਿਸ ਆਫਿਸਰ ਨੇ ਉਹਨਾਂ ਨੇ ਆਪਣੇ ਉੱਚ ਅਧਿਕਾਰੀਆਂ ਨੂੰ ਰਿਪੋਰਟ ਭੇਜਣੀ ਹੈ ਕਿ ਅਸੀਂ ਆਪਣੇ ਹਲਕੇ ਦੇ ਸਾਰੇ ਜਿਹੜੇ ਇੱਦਾਂ ਦੇ ਬੰਦੇ ਨੇ ਸ਼ੱਕੀ ਜਾਂ ਗੈਂਗਸਟਰ ਬਣ ਗਏ ਆ ਉਹਨਾਂ ਦੇ ਬਾਰੇ ਉਹਦੇ ਪਰਿਵਾਰਾਂ ਨਾਲ ਸੰਪਰਕ ਕਰ ਲਿਆ। ਇਹਦੇ ਤੋਂ ਇਲਾਵਾ DGP ਪੰਜਾਬ ਪੁਲਿਸ ਨੇ ਇੱਕ ਹੋਰ ਹਦਾਇਤ ਦਿੱਤੀ ਹੈ ਕਿ ਜਿੱਥੇ ਵੀ ਕਿਤੇ ਕਿਤੇ ਸਮਾਗਮ ਹੁੰਦਾ ਉਸ ਸਮਾਗਮ ਦੇ ਵਿੱਚ ਗੀਤ ਬੜੇ ਗਾਏ ਜਾਂਦੇ ਆ ਤੇ ਉਹਨਾਂ ਗੀਤਾਂ ਦੇ ਵਿੱਚ ਹਥਿਆਰਾਂ ਦਾ ਗੈਂਗਸਟਰਾਂ ਦਾ ਨਾਮ ਬੜਾ ਹੁੰਦਾ। ਹੁਣ ਪੰਜਾਬ ਦੇ ਜਿਹੜੇ ਗਾਇਕ ਨੇ, ਕਲਾਕਾਰ ਨੇ, ਲੇਖਕ ਨੇ ਉਹਨਾਂ ਦੇ ਨਾਲ ਵੀ ਪੰਜਾਬ ਦੀ ਪੁਲਿਸ ਮੁਲਾਕਾਤ ਕਰੇਗੀ, ਖਾਸ ਤੌਰ ਤੇ ਜਿਹਨਾਂ ਨੇ ਚੱਕਵੇਂ ਗੀਤ ਜਿਹੜੇ ਹੈ ਉਹ ਪਿਛਲੇ ਸਮਿਆਂ ਦੇ ਵਿੱਚ ਲਿਖੇ ਤੇ ਗਾਏ ਹੋਣਗੇ ਉਹਨਾਂ ਦੇ ਨਾਲ, ਤਾਂ ਜੋ ਉਹਨਾਂ ਨੂੰ ਪ੍ਰੇਰਿਤ ਕੀਤਾ ਜਾ ਸਕੇ ਕਿ ਭਾਈ ਪੰਜਾਬੀ ਭਾਸ਼ਾ ਦੇ ਵਿੱਚ ਵਿਸ਼ੇ ਹੋਰ ਵੀ ਬਹੁਤ ਨੇ, ਪੰਜਾਬ ਦੇ ਲੋਕਾਂ ਦੇ ਅੰਗ ਸੰਗਣੀ ਦੀਆਂ ਹੋਰ ਵੀ ਬਹੁਤ ਕੁਝ ਲਿਖਿਆ ਤੇ ਗਾਇਆ ਜਾ ਸਕਦਾ। ਤੁਸੀਂ ਭਵਿੱਖ ਦੇ ਵਿੱਚ ਕਿਰਪਾ ਕਰਕੇ ਏਦਾਂ ਦਾ ਕੁਝ ਨਾ ਗਾਇਓ ਜਿਹਦੇ ਨਾਲ ਕਿ ਸਮਾਜ ਦੇ ਵਿੱਚ ਤਰਖੱਲੀ ਬਚੇ। ਹੁਣ ਵੇਖਦੇ ਆ ਕਿ ਜਦੋਂ ਪੰਜਾਬ ਦੀ ਪੁਲਿਸ ਇੱਕ ਪਾਸੇ ਤਾਂ ਗੈਂਗਸਟਰਾਂ ਦੇ ਘਰਾਂ ਦੇ ਵਿੱਚ ਜਾ ਕੇ ਉਹਨਾਂ ਨੂੰ ਤਿਆਰ ਕਰੇਗੀ ਕਿ ਭਾਈ ਸਰੈਂਡਰ ਕਰਾ ਦਿਓ, ਤੇ ਦੂਸਰੇ ਪਾਸੇ ਆਪਣੇ ਆਪ ਦੇ ਵਿੱਚ ਮਹੱਤਵਪੂਰਨ ਮੁੱਦਾ ਕਿ ਪਹਿਲੀ ਵਾਰੀ ਪੰਜਾਬ ਦੀ ਪੁਲਿਸ ਗਾਇਕਾਂ ਨੂੰ ਜਾ ਕੇ ਸਮਝਾਏਗੀ ਕਿ ਭਾਈ ਇਹ ਚੀਜ਼ ਤੁਸੀਂ ਮਾਰੀ ਗਈ ਹੈ ਤੇ ਇਹਦੇ ਨਾਲ ਦੀ ਹੋਰ ਕੋਈ ਚੀਜ਼ ਨਾ ਹੀ ਗਾਓ ਤਾਂ ਚੰਗਾ। ਸੋ ਨਤੀਜੇ ਕਿੱਦਾਂ ਦੇ ਨਿਕਲਦੇ ਆ ਆਉਣ ਵਾਲਾ ਸਮਾਂ ਦੱਸੇਗਾ। ਜੀ ਬਾਰ ਸਾਹਿਬ ਇੱਕ ਬ੍ਰੇਕ ਲੈ ਲਈਏ ਔਰ ਬ੍ਰੇਕ ਤੋਂ ਬਾਅਦ ਫਿਰ ਗੱਲਬਾਤ ਨੂੰ ਜਾਰੀ ਰੱਖਾਂਗੇ। ਜੀ ਲਓ ਜੀ ਇੱਕ ਵਾਰ ਫੇਰ ਸਾਰੇ ਸੱਜਣਾਂ ਦਾ ਸਵਾਗਤ ਤੇ ਬਾੜ ਸਾਹਿਬ ਸਰਕਾਰ ਦੀ ਬੇਰੁਖੀ ਦਾ ਸ਼ਿਕਾਰ ਹੋਈ ਹੈ ਯੂਨੀਵਰਸਿਟੀ ਉਹ ਵੀ ਪੰਜਾਬੀ। ਸੁਖਨੈਪ ਜੀ ਪਿਛਲੇ 1.25 ਸਾਲ ਦਾ ਜੇ ਆਪਾਂ ਥੋੜਾ ਜਿਹਾ ਲੇਖਾ ਜੋਖਾ ਕਰੀਏ ਤਾਂ ਇਹ ਗੱਲ ਬਿਲਕੁਲ ਸਾਫ਼ ਹੋ ਗਈ ਹੈ ਕਿ ਸਰਕਾਰ ਭਾਵੇਂ ਸਾਡੀ ਕੇਂਦਰ ਦੀ ਹੈ, ਭਾਵੇਂ ਪੰਜਾਬ ਦੀ ਸੂਬਾ ਸਰਕਾਰ ਹੈ, ਭਾਵੇਂ ਕਪਤਾਨ ਸਾਹਿਬ ਵਾਲੀ ਹੈ ਤੇ ਭਾਵੇਂ ਪਿਛਲੀ ਬਾਦਲ ਸਾਹਿਬ ਵਾਲੀ ਸੀ, ਇਹਨਾਂ ਸਾਰੀਆਂ ਸਰਕਾਰਾਂ ਨੇ ਉੱਚ ਸਿੱਖਿਆ ਵੱਲੋਂ ਬਿਲਕੁਲ ਮੂੰਹ ਮੋੜ ਕੇ ਰੱਖਿਆ ਤੇ ਪ੍ਰਾਇਮਰੀ ਸਿੱਖਿਆ ਵੱਲ ਨੂੰ ਕਿਹੜਾ ਇਹਨਾਂ ਨੇ ਨਰਮੀ ਵਿਖਾਈ ਹੈ, ਹਾਲਾਤ ਉੱਥੇ ਵੀ ਰਹੇ। ਹਰ ਇੱਕ ਸਰਕਾਰ ਨੇ ਦਾਅਵਾ ਕੀਤਾ ਬਜਟ ਪੇਸ਼ ਕਰਦੇ ਹਾਂ ਕਿ ਸਿੱਖਿਆ ਦੇ ਲਈ ਅਸੀਂ ਇੰਨਾ ਬਜਟ ਰੱਖ ਲਿਆ, ਹਰ ਇੱਕ ਸਰਕਾਰ ਨੇ ਦਾਅਵਾ ਕੀਤਾ ਕਿ ਅਸੀਂ ਸਿੱਖਿਆ ਦੇ ਖੇਤਰ ਦੇ ਵਿੱਚ ਨਵੇਂ ਮੀਲ ਪੱਥਰ ਸਾਬਿਤ ਕੀਤੇ। ਇਹਦੇ ਤੋਂ ਇਲਾਵਾ ਹਰ ਇੱਕ ਸਰਕਾਰ ਨੇ ਦਾਅਵਾ ਕੀਤਾ ਕਿ ਸਾਡੇ ਕਾਰਜਕਾਲ ਦੇ ਵਿੱਚ ਸਿੱਖਿਆ ਦਾ ਮਿਆਰ ਬਹੁਤ ਉੱਚਾ ਉੱਠਿਆ ਹੋਣਾ, ਆਪਾਂ ਕਿਹੜਾ ਮੁਨਕਰ ਹੁੰਦੇ ਹਾਂ, ਇੰਨਾ ਉੱਚਾ ਉੱਠਿਆ ਕਿ ਜਦੋਂ ਬਾਦਲ ਸਾਹਿਬ ਦੀ ਸਰਕਾਰ ਸੀ ਪ੍ਰਾਇਮਰੀ ਸਕੂਲ ਉਦੋਂ ਵੀ ਬੰਦ ਹੋਏ, ਆ ਕਪਤਾਨ ਸਾਹਿਬ ਦੀ ਸਰਕਾਰ ਦੇ ਵੇਲੇ ਹੁਣ ਕਿਸੇ ਨੂੰ ਦੱਸਣ ਦੀ ਲੋੜ ਤਾਂ ਹੈ ਨਹੀਂ। ਹੁਣ ਬਾਦਲ ਸਾਹਿਬ ਦੀ ਸਰਕਾਰ ਦੇ ਵੇਲੇ ਵੀ ਪੰਜਾਬ ਦੇ ਕਾਲਜਾਂ ਦੇ ਵਿੱਚ 50% ਤੋਂ ਵੱਧ ਪੋਸਟਾਂ ਲੈਕਚਰਾਰਾਂ, ਸਹਾਇਕ ਪ੍ਰੋਫੈਸਰਾਂ, ਪ੍ਰੋਫੈਸਰਾਂ ਦੀਆਂ ਖਾਲੀ ਸੀ, ਕਪਤਾਨ ਸਾਹਿਬ ਦੇ ਵੇਲੇ ਵੀ ਖਾਲੀ ਨੇ। ਬਾਦਲ ਸਾਹਿਬ ਦੇ ਵੇਲੇ ਵੀ ਜਿਹੜੀਆਂ ਯੂਨੀਵਰਸਿਟੀਆਂ ਨੇ ਭਾਵੇਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਹੋਏ ਤੇ ਭਾਵੇਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਹੋਏ,
ਉਹ ਵਿੱਤੀ ਘਾਟੇ ਦੇ ਨਾਲ ਲਗਾਤਾਰ ਜੂਝਦੀਆਂ ਰਹੀਆਂ, ਸਰਕਾਰਾਂ ਨੇ ਲੜ ਪੱਲਾ ਨਹੀਂ ਸੀ ਬਹੁਤਾ ਫੜਾਇਆ ਤੇ ਕਪਤਾਨ ਸਾਹਿਬ ਦੀ ਸਰਕਾਰ ਨੇ ਕਿਹੜਾ ਲੜ ਪੱਲਾ ਫੜਾ ਤਾ। ਯਾਦ ਹੋਏਗਾ ਰੇਡੀਓ ਚੰਨ ਪ੍ਰਦੇਸੀ ਦੇ ਸਰੋਤਿਆਂ ਨੂੰ ਕਿ ਥੋੜੇ ਮਹੀਨੇ ਪਹਿਲਾਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਾਈਸ ਚਾਂਸਲਰ ਨੇ ਕਹਿਤਾ ਸੀ ਕਿ ਜੇ ਪੰਜਾਬ ਤੇ ਕੇਂਦਰ ਦੀਆਂ ਸਰਕਾਰਾਂ ਨੇ ਆਪਣੇ ਹਿੱਸੇ ਦੀ ਪੂਰੀ ਗ੍ਰਾਂਟ ਦੇ ਪੈਸੇ ਸਾਨੂੰ ਤਿੰਨਾਂ ਮਹੀਨਿਆਂ ਚ ਨਾ ਦਿੱਤੇ ਤਾਂ ਤਿੰਨਾਂ ਮਹੀਨਿਆਂ ਬਾਅਦ ਸਾਨੂੰ ਯੂਨੀਵਰਸਿਟੀ ਨੂੰ ਜਿੰਦਰਾ ਲਾਉਣਾ ਪੈਜੂ। ਫਿਰ ਹਾਈਕੋਰਟ ਨੇ ਨੋਟਿਸ ਲਿਆ ਸੀ, ਕੇਂਦਰ ਤੇ ਪੰਜਾਬ ਦੀ ਸਰਕਾਰ ਨੂੰ ਕਿਹਾ ਸੀ ਕਿ ਪੈਸੇ ਦਿਓ, ਫਿਰ ਜਾ ਕੇ ਕੰਮ ਉਹਨਾਂ ਦਾ ਤੁਰਿਆ ਹੈਗਾ। ਅਜੇ ਵੀ ਰੌਲਾ ਰੱਪਾਈ ਦੂਸਰੇ ਪਾਸੇ। ਹੁਣ ਆਪਾਂ ਪੰਜਾਬੀ ਯੂਨੀਵਰਸਿਟੀ ਪਟਿਆਲੇ ਨੂੰ ਆਉਂਦੇ ਹਾਂ, ਥੋੜਾ ਸਮਾਂ ਲੱਗਦਾ ਚੰਡੀਗੜ੍ਹ ਚੱਲ ਕੇ ਪਟਿਆਲੇ ਆਈਏ ਤਾਂ ਪੰਜਾਬੀ ਯੂਨੀਵਰਸਿਟੀ ਪਟਿਆਲੇ ਦੇ ਹਾਲਾਤ ਹੀ ਨੇ, ਨਾ ਤਾਂ ਉਹਨਾਂ ਤੋਂ ਪੈਨਸ਼ਨਾਂ ਦਿੱਤੀਆਂ ਜਾ ਰਹੀਆਂ, ਨਾ ਤਨਖਾਹਾਂ ਦਿੱਤੀਆਂ ਜਾ ਰਹੀਆਂ, ਕਿਉਂਕਿ ਪੈਸੇ ਪੰਜਾਬ ਦੀ ਸਰਕਾਰ ਨੇ ਭੇਜੇ ਨੇ ਤੇ ਭੇਜੇ ਜਿੰਨੇ ਕੁ ਭੇਜਣੇ ਆ ਉਹ ਵੀ ਬਹੁਤ ਘੱਟ ਭੇਜਣੇ ਆ। ਕੋਈ ਸਮਾਂ 20 ਸਾਲ ਪਹਿਲਾਂ ਸਕੂਲ ਜੀ ਏਦਾਂ ਦਾ ਹੁੰਦਾ ਸੀ ਕਿ ਜੇ 100 ਰੁਪਈਏ ਕੁੱਲ ਤਨਖਾਹਾਂ ਤੇ ਪੈਨਸ਼ਨਾਂ ਸੀ ਨਾ ਪੰਜਾਬੀ ਯੂਨੀਵਰਸਿਟੀ ਪਟਿਆਲੇ ਨੂੰ ਦੇਣੀਆਂ, 108 ਰੁਪਈਏ ਪੰਜਾਬ ਦੀ ਸਰਕਾਰ ਦਿੰਦੀ ਸੀ ਕਿ ਹੋਰ ਵੀ ਕੰਮ ਕਾਰ ਕਰਾਉਣ ਵਾਲੇ ਆ ਉਹ ਵੀ ਕਰਾ ਲਓ, ਗਤੀਵਿਧੀਆਂ ਚਲਾ ਲਈ। ਪਰ ਅੱਜ ਜੇ 100 ਰੁਪਈਆ ਖਰਚਾ ਤਨਖਾਹਾਂ ਤੇ ਪੈਨਸ਼ਨਾਂ ਦਾ, ਸਿਰਫ 18% ਪੈਸੇ ਪੰਜਾਬ ਦੀ ਸਰਕਾਰ ਦਿੰਦੀ ਹੈ, ਬਾਕੀ 82% ਪੈਸੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਲੈ ਕੇ ਕਿੱਥੋਂ ਆਏ? ਹੋਸਟਲ ਢਾ ਕੇ ਉੱਥੇ ਕਣਕ ਬੀਜਦੇ ਹਨ, ਹੋਰ ਬਹੁਤ ਸਾਰੇ ਉੱਥੇ ਪਾਰਕ ਨੇ ਉਹਨਾਂ ਨੂੰ ਢਾ ਕੇ, ਪਾਰਕਾਂ ਨੂੰ ਜਿਮਨੇਜ਼ੀਅਮ ਹਾਲ ਨੂੰ ਢਾ ਕੇ ਇੱਥੇ ਝੋਨਾ ਲਾ ਦੇਣ ਕਿ ਭਾਈ ਚਾਰ ਬੋਰੀਆਂ ਹੋਣਗੀਆਂ ਤਾਂ ਪੈਸੇ ਵੱਟ ਕੇ ਆਪਾਂ ਖਰਚੇ ਤੋਰ ਲਾਂਗੇ, ਏਦਾਂ ਨਹੀਂ ਹੋ ਸਕਦਾ। ਪਰ ਸਾਡੀਆਂ ਸਮੇਂ ਦੀਆਂ ਸਰਕਾਰਾਂ ਨੇ ਜਿੰਨੀ ਬੇਰੁਖੀ ਪੰਜਾਬੀ ਯੂਨੀਵਰਸਿਟੀ ਪਟਿਆਲੇ ਦੇ ਵੱਲ ਅਪਣਾਈ ਹੋਈ ਹੈ ਉਹ ਆਪਣੇ ਆਪ ਦੇ ਵਿੱਚ ਬੜੀ ਮਹੱਤਵਪੂਰਨ ਹੈ। ਹੁਣ ਭਗਤ ਸਿੰਘ ਨੇ ਇਹ ਵੀ ਕਹਿਣਾ ਕਿ ਅਸੀਂ ਦੇਖੋ ਜੀ ਸਿੱਖਿਆ ਦੇ ਖੇਤਰ ਦੇ ਵਿੱਚ ਕੀ ਕੁਝ ਕੀਤਾ, ਕੱਖ ਨਹੀਂ ਕੀਤਾ। ਜੇ ਅਗਲੀਆਂ ਪਿਛਲੀਆਂ ਸਰਕਾਰਾਂ ਨੇ ਸੁਖਲੈਬ ਜੀ ਚੰਗਾ ਕੰਮ ਕੀਤਾ ਹੁੰਦਾ ਤਾਂ ਕਿਸੇ ਵਾਈਸ ਚਾਂਸਲਰ ਨੂੰ ਇਹ ਕਹਿਣ ਲਈ ਮਜਬੂਰ ਹੋਣਾ ਸੀ, ਕਹਿਣਾ ਸੀ ਕਿ ਭਾਈ ਅਸੀਂ ਜਿੰਦਰਾਲਾ ਦੇਣਾ। ਕੀ ਪੰਜਾਬ ਦੇ ਪ੍ਰਾਇਮਰੀ ਸਕੂਲ ਉਹਨਾਂ ਦੇ ਵਿੱਚ ਅਧਿਆਪਕਾਂ ਦੀ ਗਿਣਤੀ ਪੂਰੀ ਕਰਨ ਦੀ ਥਾਂ ਸਕੂਲਾਂ ਨੂੰ ਫਿਰ ਇਹਨਾਂ ਨੇ ਬੰਦ ਕਰਨਾ ਸੀ? ਕਪਤਾਨ ਸਾਹਿਬ ਦੀ ਸਰਕਾਰ ਦੀ ਉੱਧਰ ਹੀ ਤੁਰਪੀ, ਬਾਦਲ ਸਾਹਿਬ ਦੀ ਸਰਕਾਰ ਦੀ ਉੱਧਰ ਹੀ ਤੁਰਪੀ ਸੀ। ਇਹਦੇ ਨਾਲ ਨਾਲ ਨਾ ਤਾਂ ਐਸਸੀ ਸਕਾਲਰਸ਼ਿਪ ਦੇ ਪੈਸੇ ਮਿਲੇ ਆ, 21 ਕਰੋੜ ਰੁਪਈਆ ਦੱਬਿਆ ਹੋਇਆ ਅਜੇ ਤੱਕ ਸਰਕਾਰਾਂ ਨੇ, ਦਿੰਦੇ ਕਿਉਂ ਨੀ ਭਾਈ? ਇਹ ਬੱਚਿਆਂ ਨੇ ਪੜ੍ਹ ਲਏ, ਜਿਹੜਾ ਇਸ ਸਾਲ ਨਾ ਪੜ੍ਹ ਸਕੇ ਅਗਲੇ ਸਾਲ ਕਿਵੇਂ ਪੜ੍ਹ ਲੂ? ਇਸ ਕਰਕੇ ਤੁਸੀਂ ਕਿਸੇ ਦਾ ਸਾਲ ਨਾ ਖਰਾਬ ਕਰੋ, ਬੱਚਿਆਂ ਦੇ ਨਾਲ ਏਦਾਂ ਦੀਆਂ ਗੱਲਾਂ ਬਾਤਾਂ ਨਾ ਕਰੋ। ਪੰਜਾਬ ਦੀ ਸਰਕਾਰ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਨਾਲ ਸੰਬੰਧਿਤ ਕਈ ਕੰਸਟੀਚੁਐਂਟ ਕਾਲਜ ਖੋਲ੍ਹੇ ਸੀ, 1.5 ਕਰੋੜ ਰੁਪਈਆ ਉਹਨਾਂ ਦੇਣਾ ਸੀ, ਪੰਜਾਬ ਦੀ ਸਰਕਾਰ ਤੋਂ ਦਿੱਤਾ ਨਹੀਂ ਜਾ ਰਿਹਾ। ਤੇ ਭਗਤ ਨੂੰ ਸੁਖਨੈਬ ਜੀ ਅਸੀਂ ਲੱਭਣੇ ਆ ਪੰਜਾਬ ਦੇ ਗੱਭਰੂ ਕਿ ਜਿਹੜੇ ਪੜ੍ਹੇ ਲਿਖੇ ਨੇ ਪੰਜਾਬ ਨੂੰ ਅੱਗੇ ਲੈ ਕੇ ਜਾਣ, ਜਿਹੜੇ ਪੜ੍ਹੇ ਲਿਖੇ ਨੇ ਪੰਜਾਬ ਦੀ ਬਾਗਡੋਰ ਸਾਂਭਣ। ਭਾਈ ਪੜ੍ਹਾਓਗੇ ਲਿਖਾਓਗੇ ਤਾਂ ਹੀ ਸਾਂਭਣਗੇ, ਊੜਾ ਆੜਾ ਤੁਸੀਂ ਵੀ ਚੱਜ ਨਾਲ ਸਿਖਾਉਣ ਦੇਣਾ, ਅਧਿਆਪਕ ਥੋੜੇ ਨੇ। ਅੱਗੇ ਜਾ ਕੇ ਜੇ ਕੋਈ ਬੰਦਾ ਹਾਇਰ ਐਜੂਕੇਸ਼ਨ ਲੈਣੀ ਚਾਹੇ ਤੁਸੀਂ ਨਹੀਂ ਲੈਣ ਦੇਣੀ, ਕਿਉਂਕਿ ਉੱਥੇ ਯੂਨੀਵਰਸਿਟੀ ਦੇ ਵਿੱਚ ਤੁਸੀਂ ਕਿਸੇ ਨੂੰ ਤਨਖਾਹਾਂ ਦੇਣ ਜੋਗੇ ਪੈਸੇ ਨਹੀਂ ਦਿੰਦੇ। ਹਾਲਾਤ ਇਹ ਬਣੇ ਹੋਏ ਨੇ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਜਿਹੜੀਆਂ ਫੀਸਾਂ ਫਰਵਰੀ ਦੇ ਆਖਰੀ ਹਫ਼ਤੇ ਲੈਂਦੇ ਸੀ ਪਹਿਲੇ ਹਫ਼ਤੇ ਲੈ ਲਈਆਂ ਤਾਂ ਜੋ ਘੱਟੋ ਘੱਟ ਤਨਖਾਹਾਂ ਤਾਂ ਦੇ ਸਕੀਏ। ਇਹਦੇ ਨਾਲ ਨਾਲ ਉਹਨਾਂ ਨੇ ਫੀਸਾਂ ਵਧਾਉਣ ਦੇ ਲਈ ਵੀ ਮਜਬੂਰ ਹੋ ਜਾਣਾ। ਦੇਖੋ ਪੈਸੇ ਤਾਂ ਖਰਚੇ ਦੇ ਹੈਗੇ ਨਾ, ਤਨਖਾਹਾਂ ਪੈਨਸ਼ਨਾਂ ਦੇਣ ਤੋਂ ਤਾਂ ਨਹੀਂ ਰੁਕ ਸਕਦੇ, ਸਰਕਾਰ ਪੈਸੇ ਘੱਟ ਦਿੰਦੀ ਹੈ। ਸੋਰਸ ਯੂਨੀਵਰਸਿਟੀ ਦੇ ਕੋਲ ਇੱਕੋ ਹੀ ਬਾਕੀ ਬਚਦਾ ਵੱਡਾ ਕਿ ਭਾਈ ਆਪਾਂ ਇੱਥੇ ਫੀਸਾਂ ਵਧਾ ਦਈਏ, ਤਾਂ ਫੀਸਾਂ ਜੇ ਵਧਾ ਤੀਆਂ ਵਿਦਿਆਰਥੀਆਂ ਨੇ ਸੜਕਾਂ 'ਤੇ ਆ ਜਾਣਾ, ਫਿਰ 4 ਦਿਨ ਕੋਈ ਪੜ੍ਹਾਈ ਨਹੀਂ ਹੋਈ, ਕੋਈ ਕੰਮ ਕਾਰ ਨਹੀਂ ਹੋਣਾ। ਸੋ ਕੁੱਲ ਮਿਲਾ ਕੇ ਸਾਡੀਆਂ ਸਰਕਾਰਾਂ ਦੀ ਨੀਤੀ ਖਾਸ ਤੌਰ 'ਤੇ ਸਿੱਖਿਆ ਖੇਤਰ ਦੇ ਪ੍ਰਤੀ ਬਹੁਤ ਨਾਕਸ ਹੈ। ਪਰ ਹੈਰਾਨੀ ਦੀ ਗੱਲ ਹੈ, ਨਾ ਤਾਂ ਉੱਥੇ ਸਾਰੇ ਪੜ੍ਹਨ ਵਾਲੇ, ਨਾ ਉਹਨਾਂ ਦੇ ਮਾਪੇ ਤੇ ਨਾ ਪੰਜਾਬ ਦੇ ਵਿੱਚ ਸਧਾਰਨ ਲੋਕ ਇਸ ਤਰ੍ਹਾਂ ਦੀਆਂ ਅਣਗਹਿਲੀਆਂ ਦੇ ਖਿਲਾਫ਼ ਕੋਈ ਆਵਾਜ਼ ਬੁਲੰਦ ਕਰ ਰਹੇ ਆ ਜੀ। ਤੇ ਵਾਟ ਸਾਹਿਬ, ਕਬੂਤਰਬਾਜ਼ੀ ਦਾ ਇੱਕ ਹੋਰ ਮਾਮਲਾ ਸਾਹਮਣੇ ਆ ਗਿਆ ਜੀ। ਸੁਖਨੈਬ ਜੀ, ਹੁਸ਼ਿਆਰਪੁਰ ਦੀ ਗੱਲ ਆਪਾਂ ਪਿਛਲੇ ਕਈ ਦਿਨਾਂ ਤੋਂ ਕੀਤੀ ਤੇ ਲਗਾਤਾਰ ਕੀਤੀ, ਹੁਣ ਰੌਲਾ ਕੀ ਪੈ ਗਿਆ? ਉਸੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚੋਂ ਇੱਕ ਹੋਰ ਕਬੂਤਰਬਾਜ਼ੀ ਦਾ ਨਵਾਂ ਮਸਲਾ ਸਾਹਮਣੇ ਆਇਆ, ਪਰ ਬਿਲਕੁਲ ਉਲਟੇ ਢੰਗ ਦਾ। 24 ਨੌਜਵਾਨ ਇੱਕੋ ਮੁਹੱਲੇ ਦੇ ਠੱਗ ਲੈ, ਰੁਪਈਏ ਥੋੜੇ ਹੀ ਲੈ ਸਾਰਿਆਂ ਤੋਂ, 35-35 ਹਜ਼ਾਰ, ਪਰ ਅਗਲਾ ਤਾਂ 7-8 ਲੱਖ ਬਣਾ ਕੇ 9-11 ਹੋ ਗਿਆ ਨਾ। ਹੁਸ਼ਿਆਰਪੁਰ ਦੇ ਵਿੱਚ ਇੱਕ ਟਰੈਵਲ ਏਜੰਟ, ਨਾਮ ਉਹਨੇ ਰੱਖਿਆ ਸੀ ਗਲੋਬਲ ਇੰਟਰਪ੍ਰਾਈਜ਼, ਆਫਿਸ ਬਣਾ ਲਿਆ, ਆਫਿਸ ਬਣਾ ਕੇ ਪ੍ਰਚਾਰ ਕਰਦਾ ਰਿਹਾ ਕਿ ਭਾਈ ਮੈਂ ਗਲਫ ਕੰਟਰੀਜ਼ ਨੂੰ ਵੀ ਬੰਦੇ ਭੇਜ ਦਿੰਦਾ, ਵੈਸਟਰਨ ਕੰਟਰੀਜ਼ ਨੂੰ ਵੀ ਭੇਜ ਦਿੰਦਾ, ਜਿੱਧਰ ਦੇ ਪਾਸੇ ਕੋਈ ਜਾਣਾ ਚਾਹੁੰਦਾ ਮੇਰੇ ਕੋਲ ਆ ਜਾਓ। ਫਿਰ ਉਹਨਾਂ ਨੇ 2 ਦਰਜਨ ਜਿਹੜੇ ਨੌਜਵਾਨ ਸੀ 24 'ਚ, ਸਾਰੇ ਦੇ ਸਾਰੇ ਬੇਰੁਜ਼ਗਾਰ, ਉਹਨਾਂ ਨੂੰ ਆਪਣੀ ਠੱਗੀ ਦਾ ਸ਼ਿਕਾਰ ਬਣਾਇਆ।
संतोष कढ़ते सारे के सारे रहने वाले। एक ने कहा कि मैं भाई चलिया कुवैत चलिया, दूजा कहना मैनू भी ले जा यार, मैं तो जानता कोई नहीं, आ जा तू भी 35,000 रुपया लेंदा तू भी दे दे। उसके तो बाद की होया कि सब तो पहला तेरा तो 35,000 ले लिया, फिर इन्हों कुवैत का वीजा तो हवाई जहाज दिया टिकटा दतिया कि भाई चले जाओ सवेरे 7 बजे जो बंदा तो सा उठे तो मिलेगा 9 बजे फ्लाइट है। सारे बंदे भज भज के दिल्ली में गए, जिन्ना क समान बैगों में पैक हों कर लिया, बच्चों के सिर से प्यार दिता, मां बापू के पैरिया फैलाया, घर वाले कहा कि भाई बापू मां का भी ख्याल रखी बच्चों का भी ख्याल रखी, मैं कमाई करके भेजू। जो फिर दही का चमचा खा के आशीर्वाद मां बाप का लेके बस फड़ी सवेरे दिल्ली पहुंच गए, तो जाके हके बके रह गए। अगले कहें ना तो टिकटा असली है ना तो वीजा। एजेंट ने जिन्हे टेलीफोन नंबर दिते थे मोबाइल नंबर दिते थे, क्या मेरे दिल्ली वाले ऑफिस का नंबर क्या हुशियारपुर वाले का, ना कोई दिल्ली वाला टेलीफोन चके तो ना कोई हुशियारपुर चके। सारे जने वापस आ गए, एजेंट के सारे जड़े मोबाइल बंद आ रहे ने, बंदा 9-10 हो गया, कमरे के दफ्तर के फर्नीचर तक चक के लै गया। हम सवाल यह पैदा होंगे कि भावे बंदा 30-40 लाख रुपया खर्च के कैनेडा जाना चाहता है, तो भावे वह बंदा जो है 50-60 हज़ार रुपया खर्च के किसी अरब देश पहुंचने के यत्न है। यह सारा कुछ जरा सू दसता कि बहुत सोच के विचार के भाई, जो नहीं सोचा विचारा तो ठगिया का सिलसिला इस तरीके जारी रहना। सरकार ने बड़ा कुछ किया लाइसेंस तो बिना कोई बंदा इश्तेहारबाजी नहीं कर सकता, लाइसेंस तो बिना तो आप कितने चलना नहीं एक कदम भी, पर हूं लगातार चलिया भी जा रहा कि सारा कुछ साढ़े सामने अखा के सामने हो रहा, पर असं उस सारे वर्तारे को नप पाने ठंड पाने बुरे तरीके असफल सिद्ध हुए हैं जी। तो सुखबीर ने मनप्रीत बादल फिर घेर लिया जी। सुखबीर जी की कर सुखबीर सिंह बादल होरी भी हूं देखो कोई ना कोई तो मसला जो अगे लैके आना पैना ना, बठिंडे की इलेक्शन आने वाली आप पिछले दिनों भी गल की हूँ, रिफाइनरी दल चल बठिंडे वाली गुंडा टैक्स दल चल कि टेंट लगा से किमें 42,000 का ट्रक 60,000 पैंता से, पर इस गुंडा टैक्स की प्रक्रिया के जिन्हिया चर्चावं हुई उन्होंने चर्चावों कुछ एक लोग शुरुआती दौर गायब रहे, उन्होंने आम आदमी पार्टी की विधायिका बीबी बलजिंदर कौर जी, उस कांग्रेस पार्टी के कई वे लीडर भी गायब रहे, किसी ने कोई उस मुद्दे के उत्ते टिप्पणी ना की। हुण रंगी खुंभी कसर जी है वह सुखबीर सिंह बादल होरी पूरी कर लगे आ, वह कहते जी देखो गल बड़ी सीधी पदरी है साड़ी अकाली दल से भारतीय जनता पार्टी की सरकार सी, असी लोगों सहूलत दतिया, असी लोगों छोटा दतिया, असी किसानों मुफ्त बिजली दिती, तो साढ़े कहें बनाए हुए प्लेटफॉर्म से हुण जिस तरीके दे नाल कांग्रसियां ने अपना कामकार करना शुरू किया मैनूं लगता कहिंदे जिन्ना असीं काम किया वी बिगड़ जाणा, किवें बिगड़ जाणा। उन्होंने अगों कहा वह कहिंदे कि असल दे विच कहानी इत्थे कहि कि जिहड़ा गुंडा टैक्स लगता ना रिफाइनरी रोड से उहनूं लगाउंदा मनप्रीत बादल का साला जो जो, वह मनप्रीत बादल का कहिंदा रिश्तेदार है इन्हां दी घरवाली दा जिहड़ा भरा आ, इस करके भाई वह साले अपने रोक पा सकता नहीं, तो इस वे उन्हें वही पद्धर के उत्ते नोट कमा के अपने बैंक खाते भरने शुरू किए हुए हैं। नाल दी नाल इतों तक भी सुखबीर सिंह बादल और दोष लाता कहिंदे कल्ला मनप्रीत बादल नहीं, वह साल तो कहिंदे ग्रोह का फर्क ना ना, इहदे तों इलावा रामपुरा फूल तो कांग्रसी विधायक गुरप्रीत कांगड़, फरीदकोट तो कांग्रसी विधायक कुशलदीप सिंह ढिल्लों, एक स्थानक कांग्रसी आगू खुशबाज जटाणा, वह कहते इन्ह तिना ने रल मिल के गुंडा टैक्स का मसला शुरू किया, फिर आम आदमी पार्टी की तलवंडी साहब तो MLA बीबी बलजिंदर कौर ने नाल चला लिया, तो चारे बंदे ठोक बजा के इस मुद्दे के उत्ते कहते कि लगातार गुंडा टैक्स की वसूली कर रहे हैं। हालांकि जो इन चारे लीडरों को पूछा गया कि तुहाडे उत्ते तां सुखबीर सिंह बादल श्रोमणी अकाली दल के प्रधान ने दोषी बने वे लाते, तो कहते कि बिल्कुल गलत है, निरपक्ष जांच जिहदे तों मर्जी करा लो, जेदे तो सुखबीर सिंह बादल चंगा लगता सानू उहदा ना दे दो असी उहदे तो जांच करा लांगे, पर उह कहिंदे कि इस वेले असी बिल्कुल भी कोई ज्यादा काम नहीं किया। तो जदों मनप्रीत बादल नूं पुछया गया कि भाई सुखबीर सिंह बादल होरी बड़े वड्डे वड्डे दोष लाई जांदे कुछ आखो, उह कहिंदे मैं की आखणा 24 साल हो गया पंजाब दी राजनीति च, अज तक एक रुपये का कोई इल्जाम मेरे ते नहीं लगा, ना मैं लगन देना। तो नाल दी नाल उहने भी कहा उह कहिंदे ना मैं इक परिवार का मैंबर ना कोई रिश्तेदार जिहनूं मैं किसे काम भेजा, वो बिल्कुल भी इदा की कोई हरकत जी है वो नहीं कर सकता कि जिदी मेरी तो साड़ी पार्टी की बदनामी हो।
ਹੁਣ ਬਾਕੀ ਲੀਡਰਾਂ ਨੇ ਵੀ ਇੱਦਾਂ ਦੀਆਂ ਗੱਲਾਂ ਆਖੀਆਂ ਕਿ ਸਾਨੂੰ ਬੇਵਜ੍ਹਾ ਬਦਨਾਮ ਕੀਤਾ ਜਾ ਰਿਹਾ, ਪਰ ਕੁੱਲ ਮਿਲਾ ਕੇ ਸੁਖਬੀਰ ਸਿੰਘ ਬਾਦਲ ਦਾ ਸਿੱਧੇ ਤੌਰ ਤੇ ਮਨਪ੍ਰੀਤ ਬਾਦਲ ਦੇ ਸਾਲੇ ਤੇ ਹਮਲਾ ਬਠਿੰਡਾ ਲੋਕ ਸਭਾ ਚੋਣ ਦੇ ਨਾਲ ਆਪਾਂ ਜੋੜ ਕੇ ਵੇਖ ਸਕਦੇ ਹਾਂ, ਜਿੱਥੇ ਦੋਵਾਂ ਬਾਦਲਾਂ ਦੇ ਪਰਿਵਾਰਕ ਮੈਂਬਰ ਆਪਸ ਦੇ ਵਿੱਚ ਸੰਭਾਵੀ ਤੌਰ ਤੇ ਚੋਣ ਲੜ ਕੇ ਭਿੜਨ ਜਾ ਰਹੇ ਨੇ ਜੀ। ਤੇ ਬਠਿੰਡਾ ਰਿਫਾਇਨਰੀ ਕਹਿੰਦੇ ਜੀ ਕੋਈ ਖੁਸ਼ ਹੈ ਤੇ ਕੋਈ ਉਦਾਸ ਹੈ। ਸੁਖਨੈਬ ਜੀ, ਅੱਜ ਛੇਵਾਂ ਦਿਨ ਹੈ, ਪੰਜਾਬ ਦੇ ਬਹੁਤ ਸਾਰੇ ਬਠਿੰਡੇ ਦੇ ਦੂਰ ਇਲਾਕਿਆਂ ਦੇ ਵਿੱਚ ਰਹਿਣ ਵਾਲੇ ਲੋਕ ਨਾ ਤਾਂ ਸੁਣਦੇ ਸੀ ਕਿ ਬਠਿੰਡੇ ਦੇ ਵਿੱਚ ਰਿਫਾਇਨਰੀ ਲੱਗੀ ਹੋਈ ਹੈ, ਪਰ ਅਸਲ ਦੇ ਵਿੱਚ ਉਹਨਾਂ ਦੀ ਚਰਚਾ ਦਾ ਵਿਸ਼ਾ ਇਹ ਹੁਣ ਬਣਿਆ ਜਦੋਂ ਗੁੰਡਾ ਟੈਕਸ ਦਾ ਚੱਕਰ ਚੱਲਿਆ। ਗੁੰਡਾ ਟੈਕਸ ਦਾ ਚੱਕਰ ਚੱਲਿਆ ਜੀ, ਇਹਨੇ ਲਾਤਾ, ਇਹਨੇ ਇੰਨੇ ਪੈਸੇ ਕਮਾ ਲਏ, ਉਹਨੇ ਉਨੇ ਪੈਸੇ ਕਮਾ ਲਏ, ਇਹ ਬੜੀ ਵੱਡੀ ਪੱਧਰ ਦੇ ਉੱਤੇ ਰੌਲਾ ਪੈ ਰਿਹਾ। ਪਰ ਦੂਸਰੇ ਪਾਸੇ ਜੇ ਆਪਾਂ ਵੇਖੀਏ ਕਿ ਜਿਸ ਬਠਿੰਡਾ ਰਿਫਾਇਨਰੀ ਦੇ ਮੁੱਦੇ ਤੇ ਇੰਨੀ ਵੱਡੀ ਪੱਧਰ ਦੇ ਉੱਤੇ ਤੂਫਾਨ ਖੜਾ ਹੋਇਆ, ਉਸ ਬਠਿੰਡਾ ਰਿਫਾਇਨਰੀ ਦਾ ਕਿਹਨੂੰ ਦੁੱਖ ਹੋਇਆ ਤੇ ਕਿਹਨੂੰ ਸੁੱਖ ਹੋਇਆ? ਹੁਣ ਲੋਕ ਕੀ ਕਹਿੰਦੇ ਆ, ਉਹ ਕਹਿੰਦੇ ਕਿ ਜਦੋਂ 1996 ਦੇ ਵਿੱਚ ਜ਼ਮੀਨ ਐਕੁਆਇਰ ਹੋਣ ਲੱਗੀ ਆ ਤਾਂ ਲੋਕ ਬੜੇ ਖੁਸ਼ ਸੀ। ਇੱਕ ਤਾਂ ਉਹਨਾਂ ਨੂੰ ਜ਼ਮੀਨ ਦਾ ਚੰਗਾ ਭਾਅ ਮਿਲ ਗਿਆ ਸਰਕਾਰ ਤੋਂ, ਨਾਲੋ ਨਾਲ ਪੈਸੇ ਕਿ ਪਹਿਲਾਂ ਚੁੱਕੋ ਆਪਣੇ ਪੈਸੇ। ਦੂਸਰੇ ਪਾਸੇ ਉਹ ਕਹਿੰਦੇ ਕਿ ਇਸ ਗੱਲ ਦਾ ਭਰੋਸਾ ਵੀ ਸੀ ਕਿ ਜੇ ਸਾਡੇ ਨੇੜੇ ਏਡਾ ਵੱਡਾ ਉਦਯੋਗ ਲੱਗੇਗਾ ਤਾਂ ਸਾਡੇ ਬੱਚਿਆਂ ਨੂੰ ਕੱਲ੍ਹ ਨੂੰ ਨੌਕਰੀਆਂ ਜਿਹੜੀਆਂ ਉਹ ਚੰਗੀਆਂ ਮਿਲ ਜਾਣਗੀਆਂ ਉਹਨਾਂ ਉਦਯੋਗਾਂ ਦੇ ਵਿੱਚ। ਗੱਲ ਉਹਨਾਂ ਦੀ ਕੋਈ ਮਾੜੀ ਨਹੀਂ ਸੀ, ਜ਼ਮੀਨ ਐਕੁਆਇਰ ਹੋ ਗਈ। 1396 ਏਕੜ ਕਣਕਵਾਲ ਪਿੰਡ ਦੀ ਜ਼ਮੀਨ ਹੈ, 288 ਏਕੜ ਫੁੱਲੋਖੋਰੀ ਪਿੰਡ ਦੀ ਜ਼ਮੀਨ ਹੈ, 185 ਏਕੜ ਜ਼ਮੀਨ ਫਿਰ ਟਾਊਨਸ਼ਿਪ ਬਣਾਉਣ ਦੇ ਲਈ ਐਕੁਆਇਰ ਕੀਤੀ। ਕਹਿੰਦਾ ਭਾਵ ਹੈ ਕਿ ਤਕਰੀਬਨ 3000 ਏਕੜ ਤੋਂ ਵੀ ਵੱਧ ਜ਼ਮੀਨ ਜਿਹੜੀ ਹੈ ਐਕੁਆਇਰ ਕੀਤੀ ਗਈ। ਉਹਦੇ ਤੋਂ ਬਾਅਦ ਹੁਣ ਕੀ ਹੋਇਆ? ਉਹਦੇ ਤੋਂ ਬਾਅਦ ਉਹ ਕਹਿੰਦੇ ਕਿ ਅਸੀਂ ਤਾਂ ਰਿਫਾਇਨਰੀ ਇਸ ਗੱਲ ਕਰਕੇ ਲਵਾ ਲਈ ਸੀ ਕਿ ਸਾਡੇ ਬੱਚਿਆਂ ਨੂੰ ਕੰਮ ਮਿਲੇਗਾ, ਪਰ ਉਹ ਕਹਿੰਦੇ ਪੜ੍ਹ ਲਿਖ ਕੇ ਵੀ ਬੱਚੇ ਬੇਰੁਜ਼ਗਾਰ ਨੇ, ਸਿਰਫ ਦੋ ਕੰਮਾਂ ਦੇ ਉੱਤੇ ਉਹ ਪੰਜਾਬੀਆਂ ਨੂੰ ਰੱਖਦੇ ਆ, ਇੱਕ ਜੇ ਕਿਸੇ ਨੇ ਗੀਟ ਕੀਪਰ ਰਹਿਣਾ ਹੋਵੇ ਤੇ ਦੂਸਰਾ ਜੇ ਉਹਨੇ ਹੇਠਲੀ ਪੱਧਰ ਦੇ ਉੱਤੇ ਮਜ਼ਦੂਰੀ ਕਰਨੀ ਹੋਵੇ। ਇਹਦੇ ਤੋਂ ਇਲਾਵਾ ਉਹ ਕਹਿੰਦੇ ਬਿਲਕੁਲ ਵੀ ਕਿਸੇ ਬੰਦੇ ਨੂੰ ਉਧਰਲੇ ਪਾਸੇ ਜਾਣ ਦਾ ਹੱਕ ਕੋਈ ਨਹੀਂ ਤੇ ਸਾਡੇ ਪੜ੍ਹੇ ਲਿਖੇ ਮੁੰਡੇ ਕੁੜੀਆਂ ਕਹਿੰਦੇ ਵਿਹਲੇ ਤੁਰੇ ਫਿਰਦੇ ਆ। ਦੂਸਰੀ ਗੱਲ ਉਹ ਕਹਿੰਦੇ ਕਿ ਹਾਲਾਤ ਇੰਨੇ ਮਾੜੇ ਹੋ ਗਏ, ਰਿਫਾਇਨਰੀ ਦੇ ਵਿੱਚੋਂ ਇੰਨੀਆਂ ਖਤਰਨਾਕ ਚੀਜ਼ਾਂ ਨਿਕਲਦੀਆਂ ਭਾਵੇਂ ਪਾਣੀ ਦੇ ਰੂਪ ਚ ਨੇ ਤੇ ਭਾਵੇਂ ਗੈਸਾਂ ਦੇ ਰੂਪ ਚ ਨੇ ਤੇ ਭਾਵੇਂ ਧੂੰਏ ਦੇ ਰੂਪ ਚ, ਕਿ ਬਹੁਤ ਸਾਰੇ ਆਸ ਪਾਸ ਰਹਿੰਦੇ ਪਿੰਡ ਜਿਹੜੇ ਆ ਉਹਨਾਂ ਨੂੰ ਸਿਹਤ ਸੰਬੰਧੀ ਬਹੁਤ ਵੱਡੀਆਂ ਸਮੱਸਿਆਵਾਂ ਆ ਗਈਆਂ। ਹੁਣ ਕਈਆਂ ਨੇ ਇਹ ਵੀ ਕਹਿ ਤਾ ਕਿ ਅਸੀਂ ਤਾਂ ਢਿੱਡ ਦੇ ਨਾਲ ਬੰਬ ਬੰਨਿਆ ਹੋਇਆ ਭਾਈ, ਨਾ ਰਿਫਾਇਨਰੀ ਕਿਤੇ ਹੋਰ ਜਾਵੇ ਤੇ ਨਾ ਸਾਡੀਆਂ ਇਹ ਮੁਸੀਬਤਾਂ ਜਿਹੜੀਆਂ ਉਹ ਹੱਲ ਹੋਣ। ਨਾਲ ਦੀ ਨਾਲ ਉੱਥੋਂ ਤੱਕ ਵੀ ਲੋਕ ਕਹਿੰਦੇ ਆ ਕਿ ਕਈ ਵਾਰ ਜਦੋਂ ਹਵਾ ਦਾ ਰੁੱਖ ਇਹਨਾਂ ਪਿੰਡਾਂ ਦੇ ਵੱਲੋਂ ਹੁੰਦਾ ਤਾਂ ਬਹੁਤ ਭੈੜਿਆ ਗਿਆ ਜਿਹੜਾ ਉਧਰਲੇ ਪਾਸੇ ਸਮੈਲ ਵਾਲਾ ਸਿਸਟਮ ਆਉਂਦਾ, ਜਿਹਦੇ ਕਰਕੇ ਉਹ ਕਹਿੰਦੇ ਕਿ ਸਾਡੇ ਘਰਾਂ ਦੇ ਵਿੱਚ ਤਾਂ ਕੋਈ ਗੈਸਟ ਵੀ ਆਉਣੋਂ ਹਟ ਗਿਆ ਕਿ ਭਾਈ ਉੱਥੇ ਤਾਂ ਬੈਠਿਆ ਨਹੀਂ ਜਾਂਦਾ, ਲੱਕ ਦੇ ਉੱਤੇ ਕੱਪੜਾ ਰੱਖ ਕੇ ਬਹਿਣਾ ਪੈਂਦਾ। ਇਹਦੇ ਨਾਲ ਨਾਲ ਪ੍ਰਦੂਸ਼ਣ ਜਿਹੜਾ ਵੱਡੀ ਪੱਧਰ ਦੇ ਉੱਤੇ ਫੈਲਦਾ ਤੇ ਭਾਵੇਂ ਡਿਪਾਰਟਮੈਂਟ ਵਾਲੇ ਵੀ ਕਹੀ ਜਾਂਦੇ ਨੇ, ਰਿਫਾਇਨਰੀ ਵਾਲੇ ਵੀ ਕਹੀ ਜਾਂਦੇ ਕਿ ਕੋਈ ਸਮੱਸਿਆ ਸੀ ਜਿਹਦੇ ਕਰਕੇ ਪ੍ਰਦੂਸ਼ਣ ਫੈਲਦਾ ਸੀ, ਪਰ ਹੁਣ ਸਾਰੀ ਸਮੱਸਿਆ ਅਸੀਂ ਹੱਲ ਕਰ ਲਈ ਹੈ। ਪਰ ਹੁਣ ਹਾਲਾਤ ਇਹ ਨੇ, ਆਸ ਪਾਸ ਦੇ ਪਿੰਡਾਂ ਦੇ ਲੋਕ ਜਿਹਨਾਂ ਤੋਂ ਜ਼ਮੀਨ ਐਕੁਆਇਰ ਕਰਕੇ ਰਿਫਾਇਨਰੀ ਬਣਾਈ, ਉਹਨਾਂ ਪਿੰਡਾਂ ਦੇ ਲੋਕਾਂ ਨੂੰ ਇੱਥੇ ਰੁਜ਼ਗਾਰ ਨਹੀਂ ਮਿਲ ਰਿਹਾ। ਪਿਛਲੇ ਹਫ਼ਤੇ ਸਥਾਨਕ ਲੋਕਾਂ ਨੇ ਟੈਂਟ ਲਾ ਕੇ ਧਰਨਾ ਦਿੱਤਾ ਕਿ ਭਾਈ ਸਾਡਾ ਰੁਜ਼ਗਾਰ ਤਾਂ ਯਕੀਨੀ ਬਣਾ ਦਿਓ, ਸਾਡੇ ਤੋਂ ਜ਼ਮੀਨਾਂ ਲੈ ਲਈਆਂ, ਅਸੀਂ ਖੇਤੀਬਾੜੀ ਤੋਂ ਵੀ ਗਏ ਕਿ ਹੁਣ ਕਿਸੇ ਵੀ ਤਰੀਕੇ ਦਾ ਕੋਈ ਸਾਡੀ ਬਾਹਰ ਸਾਡੇ ਦੇ ਲਈ ਤਿਆਰ ਨਹੀਂ। ਤੇ ਨਾਲ ਉਹਨਾਂ ਨੇ ਇਹ ਵੀ ਕਹਿ ਦਿੱਤਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਸੰਘਰਸ਼ ਤੇਜ਼ ਕਰਾਂਗੇ, ਪਰ ਸਰਕਾਰ ਦੇਖ ਲਓ, ਪੁਲਿਸ ਦੇਖ ਲਓ, ਲੋਕਾਂ ਨੂੰ ਇਸ ਮੁੱਦੇ ਦੇ ਉੱਤੇ ਪ੍ਰਭਾਵ ਦੇਣ ਦੀ ਥਾਂ ਉਹਨਾਂ ਦੇ ਨਾਲ ਕੋਈ ਵਾਅਦਾ ਕਰਨ ਦੀ ਥਾਂ ਟੈਂਟ ਪੁੱਟ ਦਿੱਤਾ ਗਿਆ, ਕੇਸ ਦਰਜ ਕਰ ਦਿੱਤਾ ਗਿਆ। 28 ਫਰਵਰੀ ਤੱਕ ਧਾਰਾ 144 ਲਾਗੂ ਕਰ ਦਿੱਤੀ ਗਈ ਕਿ ਭਾਈ ਜ਼ਮੀਨ ਤੁਹਾਨੂੰ ਪੈਸੇ ਦੇ ਕੇ ਲਈ ਹੈ, ਰਿਫਾਇਨਰੀ ਅਸੀਂ ਲਾ ਤੀ ਹੈ, ਸਾਡਾ ਰਾਜ ਹੈ, ਜਿਵੇਂ ਚਲਾਉਣਾ ਚਾਹੀਏ ਚਲਾ ਸਕਦੇ ਹਾਂ, ਤੁਹਾਡੀ ਸਿਹਤ ਦੇ ਉੱਤੇ ਅਸਰ ਕੀ ਪੈਂਦਾ, ਤੁਹਾਨੂੰ ਚਮੜੀ ਰੋਗ ਹੁੰਦਾ, ਤੁਹਾਨੂੰ ਕੈਂਸਰ ਹੁੰਦਾ, ਸਾਨੂੰ ਇਹਦੇ ਨਾਲ ਲੈਣਾ ਦੇਣਾ ਹੈ ਹੀ ਕੋਈ ਨਹੀਂ ਜੀ।